ਦੀਆਂ ਬੰਟੂ ਦਾ ਕਹਿੰਦੇ ਫਰੋਸ਼ਾ ਪਿੰਡਾਂ, ਇੱਧਰ ਫਰੋਸ਼ਾ ਦੀ ਟੀਮ ਖੇਡਦੀ ਹੈ ਤੇ ਮੁੰਡਾ ਕਹਿੰਦੇ ਸੱਜਣਾ ਸ਼ਰੀਕ ਬਣਿਆ ਹੋਇਆ ਬੱਲੇ ਬੱਲੇ ਹੋ ਗਈ ਆਊਟ ਤੇ ਨਾਲ ਕਹਿੰਦੇ ਚੁੱਗਿਆ ਲਾ ਸੇਮਾ ਖੇਡਦਾ ਬੈਟ ਤੇ ਚੰਨਣ ਖੇਡਦਾ ਬਣੀਆ ਭਣਿਆਰੀ ਵਾਲੇ ਦੁਨੀਆ ਪਤਾ ਲੱਗਣਾ ਚਾਹੀਦਾ ਵੀ ਕੋਟ ਗੁਰੂ ਵਾਲਾ ਕਿਹੜੀ ਸਹਿ ਦਾ ਨਾਮ ਹੈ। ਦੁਨੀਆ ਤੇਰੀ ਖੇਡ ਦੇਖਣ ਲਈ ਬੈਠੀ ਹੈ। ਚੁੱਕੇ ਕਹਿੰਦੇ ਗਵਾਂਢੀ ਪਿੰਡ ਹੈ ਤੇ ਦੂਜੇ ਪਾਸੇ ਟੀਮ ਅੱਜ ਵੱਡੀ ਜ਼ਿਲ੍ਹੇ ਫਿਰੋਜ਼ਪੁਰ ਦੀ ਬਣੀ ਹੋਈ ਹੈ। ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ। ਲਾ ਵੀ ਜੋ ਵੀ ਇੱਧਰ ਕਿੰਨੇ ਕਿੰਨੇ ਪੁਆਇੰਟ ਆ ਜੋ ਵੀ ਵਾਹ ਬਈ ਵਾਹ। ਲਾ ਵੀ ਵੱਡਾ ਫਰਕ ਆ, 7 ਨੰਬਰ ਇੱਧਰਲੇ ਪਾਸੇ ਬੱਲੇ ਵਾਲਾ ਰਿੰਕੂ ਦੀ ਟੀਮ ਤੇ ਹੈ ਤੇ 2 ਨੰਬਰ ਆ ਤਲਵੰਡੀ ਵਾਲਿਆ। ਆ 2 ਨੰਬਰ ਆ, 7 ਤੇ 2 ਦੀ ਟੱਕਰ ਆ। ਪਰ ਇੱਧਰ ਕੱਲੀ ਕੱਲੀ ਅੱਖ ਜਿਹੜੀ ਗਰਾਊਂਡ ਦਾ ਪਰ 2 ਤੇ ਖੜਦੀ ਹੈ ਲਵਦੀਪ ਆ ਕਹਿੰਦੇ ਫਿਰੋਜ਼ਸ਼ਾਹ ਵਾਲਾ, ਨਾਲ ਭਣਿਆਰੀ ਵਾਲਾ ਰਾਜਪਾਲ ਚੰਦ ਬਾਜਾ ਪਿੰਡ ਆ ਕਹਿੰਦੇ ਕਿੱਤੇ ਦਾ, ਨਾਲ ਫੌਜੀ ਬਾਗੜੀ ਸੰਭੂ ਬਾਦਰ ਦੇ ਇਹ ਕਹਿੰਦੇ ਮੁੰਡਾ ਚੈਂਪੀਅਨਸ਼ਿਪ ਦਾ ਫੈਸਲ ਫਿਰਸ ਰਿਹਾ ਨੰਬਰ ਵਾਲੀ ਮਸ਼ੀਨ ਕਹਿੰਦੀ ਹੈ ਦੁਨੀਆ। ਪਰ ਭਣਿਹਾਰੀ ਵਾਲਾ ਉਹ ਕਹਿੰਦੇ ਰਾਜਪਾਲ ਨੰਬਰ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ ਤੇ ਰਹਿ ਕੇ ਮੱਜਣਾ ਤੋਂ ਦੂਰ ਕਿੱਥੇ ਮਿਲਦਾ ਸਕੂਨ, ਹਾਰਦੇ ਨੀ ਹੁੰਦੇ ਕਦੇ ਮਰਦ ਪਲੇਅਰ, ਤੁਸੀਂ ਬੰਦ ਰੱਖਿਓ ਆਪਾਂ ਜਾਦੂ ਬਰਾੜ ਹੈ ਉਹ ਵੀਰ ਕਹਿੰਦੇ ਆ ਜਿਹੜਾ ਮੈਚ 2 ਨੰਬਰ ਗਰਾਊਂਡ ਤੇ ਚੱਲਦਾ ਹੈ, ਜਿਹੜਾ ਮਰਜ਼ੀ ਖਿਡਾਰੀ ਲਗਾਤਾਰ 5 ਬਾਲਾਂ ਜਿਹੜਾ ਕ੍ਰੋਸ ਕਰਦਾ ਹੈ ਤੇ 500 ਦੇ ਨਾਲ ਵੱਡੇ ਮਾਣ ਸਨਮਾਨ ਜਿਹੜੇ ਕੀਤੇ ਜਾਣਗੇ, ਜਿਹੜਾ ਮਰਜ਼ੀ ਖਿਡਾਰੀ 5 ਬਾਲਾਂ ਕ੍ਰੋਸ ਕਰਦੇ ਆਪਣੇ ਵੱਲੋਂ ਜਿਹੜੇ ਜਿਹੜੀ ਕਦੇ ਖੁੱਲੀ ਆ ਇੱਕ ਪਾਸੇ ਕੋਟ ਹੂਆ ਇੱਕ ਪਾਸੇ ਬੱਲੇ 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 ਮਸ਼ੀਨ ਦਾ ਜੇਤੂ ਹੈ। ਇੱਧਰਲੇ ਪਾਸੇ ਕਹਿੰਦੇ ਸੇਮੇ ਵਰਗੇ ਮੁੰਡੇ ਕਹਿੰਦੇ ਚੀਮੇ ਪਰਿਵਾਰ ਦੇ ਕਹਿਦਾ ਕਹਿਦਾ ਬਾਈ ਇੰਦਰਜੀਤ ਵੇਟ ਕਰੋ ਵਾਲੀ ਵਾਲਾ ਭਰਾ ਸਾਡਾ ਦੱਸਦਾ ਕੈਨੇਡਾ ਦੇ ਵਿੱਚ ਔਰ ਸਾਡਾ ਬਾਈ ਐਲਾਨ ਕਰਵਾਉਂਦਾ ਹੈ ਵੀ ਜੇ ਪਿੰਡਾਂ ਰਾਜਪਾਲ ਬਾਗੜੀ ਦੇ ਬਾਲ ਲਾਵੇ ਤੇ ਰੁਪਈਆ 3100 ਦਿੱਤਾ ਜਾਵੇਗਾ। ਆ ਮੁੰਡਾ ਕਹਿੰਦੇ ਪਿੰਡਾਂ ਚੁੱਕਿਆ ਵਾਲਾ ਗੁਆਂਢੀ ਪਿੰਡ ਆ ਵੱਡੀ ਨੰਬਰ ਜੋੜੂਗਾ ਕੌਣ ਮੇਰੇ ਮਿੱਤਰੋ ਸ਼ੱਕ ਤੇ ਰਹਿੰਦੀਆਂ ਤੇ ਮੇਲਾ ਦੀਪ ਸਿੰਘ ਵਾਲੇ ਦਾ ਮੈਚ ਇੰਜੋਏ ਕਰਿਓ ਬਾਕੀ ਅਪਡੇਟ ਬਾਅਦ ਕਰਾਂਗੇ ਬਾਕੀ ਅਪਡੇਟ ਬਾਅਦ ਕਰਾਂਗੇ ਮੈਚ ਇੰਜੋਏ ਕਰਿਓ ਭਰਾ ਬਣ ਕੇ ਮੋਟੂ ਕਹਿੰਦੇ ਕਾਨਿਆਂ ਨੇ ਕਹਿੰਦਾ ਵੀ ਜਿੱਥੇ ਵਾਲੇ ਤਰਸੇਮ ਦਾ ਆਪਾਂ ਝਾੜੀ ਵਾਲੇ ਦੇ ਮੇਲੇ ਤੇ ਜੂਸਰ ਦੇ ਨਾਲ ਮਾਣ ਕਰ ਦਿਆਂਗੇ।
ਯੂਸਰ ਦੇ ਨਾਲ ਮਾਣ ਕਰ ਦਿਆਂਗੇ। ਰਵਿੰਦਰ ਕੀਮਾ ਤੇ ਮੋਟੂ ਕਹਿੰਦੇ ਕਾਨੇ ਵਾਲੀ ਵਾਲਾ ਉਹ ਵੀ ਭਰਾ ਪੁੱਜੇ ਹੋਏ ਹੈ। ਸੋਹਣਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਟੱਕਰ ਬੜੀ ਜਾਨਦਾਰ ਹੈ, ਦੋਨੋਂ ਟੀਮਾਂ ਜ਼ਿਲ੍ਹੇ ਫਿਰੋਜ਼ਪੁਰ ਦੀਆਂ ਤੇ ਦੀਪ ਸਿੰਘ ਦੀ ਕਹਿੰਦੇ ਖੇਡ ਮੈਦਾਨ ਹੈ, ਕੱਠ ਵੀ ਦੇਖਣ ਯੋਗ ਹੈ। ਚੰਦਰ ਖੇੜੇ ਪਿੰਡ ਦਾ ਮਣੀ ਮੇਰੇ ਮਿੱਤਰੋ, ਔਕਾਂ ਦੇ ਕਮਾਲ ਕਰਤੀ ਮੁੰਡੇ ਨੇ ਵੀ ਇੱਕ ਚੰਨਣ ਖੇੜੇ ਪਿੰਡ ਦਾ ਤੂਫਾਨੀ ਗੱਭਰੂ ਔ ਜਾਣੇ ਰੂਹਾਂ ਦੀਆਂ ਗੱਲਾਂ ਔਰ ਰੂਹਾਨੀ ਗੱਭਰੂ ਔਕਰਾ ਸਿਫਤ ਕੀ ਯਾਰੋ ਬੋਲਦੀ ਨੇ ਵੀਰ ਦੀ ਤੇ ਉੱਡ ਕੇ ਉਸ ਮੈਂ ਜਦੋਂ ਮਣੀ ਮਾਰਦਾ ਔ ਬਾਲ ਜਾਂਦੀ ਧਰਤੀ ਦਾ ਸੀਨਾ ਚੀਰਦੀ ਉੱਡ ਕੇ ਉਸ ਮੈਂ ਜਦੋਂ ਮਣੀ ਮਾਰਦਾ ਤੇ ਬਾਲ ਜਾਂਦੀ ਧਰਤੀ ਦਾ ਸੀਨਾ ਚੀਰਦੀ ਆ ਮੁੰਡਾ ਲੱਭਾ ਨਾਲ ਚੰਦ ਬਾਜੇ ਵਾਲਾ ਏ ਬੱਲੇ 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 ਏ ਵਾਹ ਬਾਈ ਵਾਹ ਲੈ ਵੀ ਤਾੜੀ ਤੂੜੀ ਤਾਂ ਮਾਰ ਦੋ ਬਾਈ ਕਿੱਦਾਂ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਅਗਲੀ ਸਰਵਿਸ ਕਰਨ ਲਈ ਤਾਰੇ ਪਿਆਰ ਪਰ ਪਿਆਰ ਸਭ ਨੇ ਕਹਿੰਦੇ ਫੌਜੀ ਤਿਆਰ ਹੈ ਟੁੱਟੀ ਮੰਜੀ ਬਾਣ ਪੁਰਾਣਾ ਵਿੱਚ ਦੀਦੀ ਦੇ ਤਾਰੇ ਬਸਣਾ ਫੌਜੀ ਦੇ ਕਹੇ ਬੂਟ ਸਨੇ ਲੱਤ ਮਾਰੇ ਬਸਣਾ ਫੌਜੀ ਦੇ ਇਹ ਕਹਿੰਦੇ ਸਮੇਂ ਸਮੇਂ ਦੀਆਂ ਗੱਲਾਂ ਹੋਈਆਂ ਅੱਜ ਇਹਨਾਂ ਮੁੰਡਿਆਂ ਦਾ ਸਮੇਂ ਬਹੁਤ ਤਕੜੀ ਤਕੜੇ ਹੈ ਸੱਪ ਨਾਲ ਸੱਪ ਲੜੇ ਸਿਆਣੇ ਕਹਿੰਦੇ ਪਿਓ ਕਿਹਨੂੰ ਚੜੇ ਸੱਪ ਨਾਲ ਸੱਪ ਲੜੇ ਸਾਹਮਣੇ ਟੀਮਾਂ ਕਦੇ ਟਾਪ ਦੀਆਂ ਜਿਹੜੀਆਂ ਅੱਜ ਦੇ ਟੂਰਨਾਮੈਂਟ ਦੇ ਹਣੀ ਕਹਿੰਦੇ ਕਹਿੰਦੇ ਬਾਈ ਇੱਕ ਇੱਕ ਹੈ ਜੀ ਇੱਕ ਇੱਕ ਦੀ ਬਰਾਬਰੀ ਦੇ ਮੈਚ ਖੇਡਿਆ ਜਾ ਰਿਹਾ ਹਾਲੇ ਤੇ ਸ਼ੁਰੂਆਤ ਹੋਈ ਹੈ ਹਾਲੇ ਤੇ ਸ਼ੁਰੂਆਤ ਹੈ ਔਰ ਕਦੇ ਪੇਚਾ ਵੱਡੀਆਂ ਟੀਮਾਂ ਦਾ ਸਰਦਾਰ ਹਰ ਦਿਨ ਬੁੱਧਵਾਰ ਵੀ ਹੋਇਆ ਕਰਦਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇੱਕ ਕਦੇ ਸਿਆਣੇ ਨੇ ਤੱਤ ਕੱਢੇ ਹੋਏ ਆ ਇੱਕ ਇੱਕ ਦੀ ਬਰਾਬਰੀ ਆ ਨੰਬਰ ਦੂਜਾ ਜੋੜਨ ਦੇ ਲਈ ਉਹ ਮੁੰਡੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਜਿਹੜੇ ਪਿਆਰ ਬਰ ਪਿਆਰ ਨੇ ਮੈਚ ਕਦੇ ਚੋਟੀ ਦਾ ਖੇਡਿਆ ਤੇ ਬਾਹਲਾ ਤਕੜਾ ਮੈਚ ਤੇ ਬਾਹਲਾ ਤਕੜਾ ਉਧਰ ਬੀਕੀ ਮਾਮੂ ਜਈਏ ਦਾ ਫੋਨ ਡਿੱਗਿਆ ਜੇ ਕਿਸੇ ਭਰਾ ਨੂੰ ਮਿਲੇ ਕਿਸੇ ਦੇ ਦਿਲ ਰਹਿਮ ਪੈਂਦੀ ਹੈ ਤੇ ਜ਼ਰੂਰ ਕਿਰਪਾ ਕਰਕੇ ਫੋਨ ਬਾਅਦ ਗੁਰੂ ਸੰਧਾ ਬਾਬਾ ਧੰਨਵਾਦ ਗੁਰੂ ਕਰਿਓ ਕਰਿਓ ਸ਼ੇਰ ਗੁਰੂ ਸੰਧਾ ਵੱਡੀਆਂ ਸਪੋਰਟਾਂ ਭੇਜਦਾ ਬਾਈ ਗੁਰੂ ਸੰਧਾ ਆਪਦੀ ਮੋੜ ਗਗਨਦੀਪ ਬਾਬਾ ਧੰਨਵਾਦ ਜੀ ਕੈਮਰੇ ਸਾਹਮਣੇ ਟੀਮ ਚੁੱਕਿਆ ਵਾਲੇ ਮੁੰਡੇ ਦੂਜੀ ਸਾਈਡ ਤੇ ਟੀਮ ਫਰੋਸ਼ਾਬੀ ਰਾਜਪਾਲ ਪਾੜੀ ਹੁਰੀ ਖੇਡਦੇ ਉਧਰ ਰਵਿੰਦਰ ਖੰਜਲੀਆ ਖੇਡਦਾ ਕਿੱਦਾਂ ਚੰਦ ਬਾਜਾ ਲਵਦੀਪ ਹੋਰੀ ਪਾਰਲੀ ਸਾਈਡ ਫੌਜੀ ਦੇ ਰੂਪਾ ਮੈਚ ਤਗੜਾ ਪੂਰਾ ਲੋਕੋ ਜਿੰਨਾ ਤਗੜਾ ਮੈਚ ਆ ਨਾ ਤਾੜੀ ਨੀ ਮਾਰੀ ਉਹਨੇ ਚੰਦ ਬਾਜਾ ਚੰਦ ਬਾਜਾ ਚੰਦ ਬਾਜਾ ਲੱਭਾ ਫਰੋਸ਼ਾ ਦੀ ਧਰਤੀ ਦਾ ਉਹ ਕਦੇ ਕੋਸ਼ਿਸ਼ ਤੇ ਕਰ ਰਹੇ ਮੁੰਡੇ ਚੁੱਕਿਆ ਵਾਲਾ ਪਿੱਤਾ ਇਹ ਮੁੰਡੇ ਨੇ ਕਦੇ ਬੰਬੇ ਦੇ ਲੋਕੀ ਨੱਚਣ ਲਾਤੇ ਸੀਗੇ ਉਹ ਕਦੇ ਚੁੱਕਿਆ ਵਾਲਾ ਮੇਰੇ ਮਿੱਤਰੋ ਪਿੱਤਾ ਕਦੇ ਰੱਪਾ ਰੱਪ ਬੋਇਜ ਬਣਦੇ ਆ ਮੁੰਡਾ ਦੀ ਕਦੇ ਗੱਲ ਉਹ ਕਦੇ ਬੰਬੇ ਸ਼ਹਿਰ ਤੱਕ ਚੱਲੀ ਹੈ ਲੈ ਵੀ ਗੋਰੇ ਕਿੰਨੇ ਕਿੰਨੇ ਪੁਆਇੰਟ ਆ ਇੱਧਰ ਅੱਠ ਦੇ ਪੰਜ ਹੈ ਪੰਜ ਤੇ ਅੱਠ ਦਾ ਮੁਕਾਬਲਾ ਖੇਡਿਆ ਜਾ ਰਿਹਾ ਉਧਰ ਉਧਰਲੇ ਪਾਸੇ ਹਰਦੀਪ ਬਰਾੜ ਪਰਾਸੰਡਾ ਨਾਲ ਦੀਪਾ ਸ਼ਰਮਾ
ਜਾਦੂ ਬਰਾੜ ਉਹਨਾਂ ਵੀਰਾਂ ਦੇ ਵੱਲੋਂ ਜਿਹੜਾ ਮੈਚ ਚੱਲਦਾ ਦੋ ਨੰਬਰ ਗਰਾਊਂਡ ਤੇ, ਜਿਹੜਾ ਮਰਜ਼ੀ ਖਿਡਾਰੀ ਲਗਾਤਾਰ ਤੋੜ ਤੇ ਯਾਰ ਕਰਦਾ, 500 ਦਿੱਤਾ ਜਾਣਾ ਹੈ ਭਰਾ ਸਾਡੇ। ਹਾਂਜੀ ਲਾਲੀ ਦਿਲਸ਼ਾਦ ਦੇ ਮਾਈਕ ਦੀ ਜਿਹੜੀ ਬੈਂਟਰੀ ਆਪਾਂ ਨੀਲ ਕਰ ਲਈਏ, ਮੇਰੀ ਬੇਨਤੀ ਇੱਧਰ ਲੈ ਦੋ ਨੰਬਰ ਗਰਾਊਂਡ ਚੋਂ ਆ ਖੜਾ ਬਾਈ ਇੱਧਰ ਬੱਲੇ ਮੁੰਡਿਓਲਾਕੇ ਮਲੂਟ ਕਹਿੰਦੇ ਬੜੇ ਪ੍ਰਸਿੱਧ ਹੈ ਇਹਦਾ ਚੰਨਣ ਜਿਹੜਾ ਪਿੰਡ ਹੈ ਬੱਲੂ ਵਾਲੇ ਦੇ ਲਾਗੇ, ਮਲੂਟ ਦੇ ਲਾਗੇ ਬੱਲੂ ਵਾਲਾ ਤੇ ਬੱਲੂ ਵਾਲੇ ਤੋਂ ਕਹਿੰਦੇ ਚੰਨਣ ਜਿਹੜਾ ਪਿੰਡ ਹੈ, ਇਸ ਪਿੰਡ ਦੇ ਰਾਜੂ ਮਹਿਤੇ ਦਾ ਨਾਮ ਚੱਲਿਆ ਹੈ, ਉਸੇ ਪਿੰਡ ਦਾ ਖਿਡਾਰੀ ਖੇਡ ਮੈਦਾਨ ਦੇ ਵਿੱਚ। ਇਹ ਹੈ ਚੰਨਣ ਖੇੜੇ ਵਾਲਾ ਮਣੀ, ਵਾਹ ਸੁਣਿਆ ਬੜੀ ਕਮਾਲ ਦੀ ਖੇਡ ਹੈ। ਆਹ ਮੁੰਡੇ ਦਾ ਕਹਿੰਦੇ ਨੁਕਰੇ ਘੋੜੇ ਦੇ ਨਾਲ ਬਾਲ ਹੁੰਦਾ ਕਹਿੰਦਾ ਚੰਦ ਵਾਜੇ ਵਾਲਾ, ਵਾਹ ਜੀ। ਉਧਰਲੇ ਪਾਸੇ ਗੋੜਾ ਸਲੂਨ ਵਾਲੇ ਭਰਾ ਸਾਡੇ, ਜੇ ਸਹਿਮਾ ਆਹ ਮੈਚ ਜਿੱਤ ਗਿਆ ਚਲਾ ਵੀ ਭਰਾ ਕਹਿ ਰਹੇ ਜੋ ਆਪਾਂ ਫੇਸ਼ੀਅਲ ਜਿਹੜਾ ਫਰੀ ਕਰ ਦੇਣਾ ਗੋੜਾ ਸਲੂਨ ਵਾਲੇ ਭਰਾ ਸਾਡੇ। ਸੋਹਣਾ ਮੈਚ ਹੈ ਪਾਣੀ ਦੀ ਸੇਵਾ ਕਰੀ ਜਾਣੀ ਆ ਸਾਡੇ ਵੀਰ ਨੇ ਦਸ ਵੀਹ ਪੰਜਾਹ ਮਿਲਦੇ ਹੈ ਇਹਨਾਂ ਮੈਦਾਨਾਂ ਦੇ ਵਿੱਚ। ਪਾਣੀ ਵਾਲੇ ਵੀਰ ਦਾ ਜਰੂਰ ਮਾਣ ਕਰਿਓ, ਕਿਸੇ ਤੋਂ ਮੰਗਦਾ ਨੀ ਬਾਕੀ ਪੁਰਾਣੇ ਦੇ ਲਾਗੇ ਦਾ। ਉਧਰ ਦੋ ਬਾਣਾ ਤੇ ਰੱਖਿਆ ਜੀ ਚੁੱਗਿਆਂ ਦਾ, ਗਰੀਬ ਫਰੋਸ਼ਾ ਵੀ ਰੱਖਦਾ ਹੈ। ਲੈ ਨੱਥੂ ਵਾਲੀਆਂ ਜਰੂਰ ਸੰਗਤ ਮਾਣ ਕਰੋ, ਆਪਣੇ ਨਗਰ ਦੇ ਵਿੱਚ ਇੱਕ ਮਾਣ ਕਰਕੇ ਪਿਆਰ ਕਰਕੇ ਪੁੱਜਿਆ ਹੈ ਤੇ ਜਰੂਰ ਆਪਾਂ ਇਸ ਵੀਰ ਨੂੰ ਮਾਣ ਪਿਆਰ ਬਖਸ਼ਦਾ ਹੈ। ਪਾਣੀ ਵਾਲਾ ਵੀਰ ਸਾਡਾ ਨੱਥੂ ਵਾਲੀਆਂ ਪ੍ਰਧਾਨ ਆਇਆ ਹੋਇਆ ਹੈ, ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ। ਰਾਮ ਰਾਮ ਜੀ, ਰਾਮ ਰਾਮ ਨੱਪਦੇ ਆਉਂਦੀ ਜਾਂਦੀ ਤਾੜੀਆਂ ਵੱਜਣ ਗਈਆਂ ਨਹੀਂ ਫਿਰ ਪਿੰਦਰ ਨੇ ਤੇ ਪੜਾਕਾ ਪਾ ਦੇਣਾ, ਪਿੰਦਰ ਨੇ ਤੇ ਪੜਾਕਾ ਪਾ ਦੇਣਾ। ਪਿੰਡਰ ਨੇ ਬੱਲੇ ਬੱਲੇ ਜਿਹੜੀ ਕਰਵਾ ਦੇਣੀ ਆ, ਦੁਨੀਆਂ ਦੇ ਖੌਫ ਦਾ ਜਿਹੜਾ ਦੂਜਾ ਨਾਂ ਕਹਿੰਦੀ ਆ ਪਿੰਦਰ ਨੂੰ ਖੇਡ ਵਾਲੀਬਾਲ ਦੀ। ਰਜੀਬ ਬਾਬਾ ਬਾਬਾ ਧੰਨਵਾਦ, ਰਜੀਬ ਬਾਬਾ ਥੈਂਕ ਯੂ ਬ੍ਰੋ, ਪਿੰਦਰ ਨੂੰ ਸ਼ੁਕਰੀਆ ਕਰਿਓ ਕਰਿਓ, ਸ਼ੇਅਰ ਨਹੀਂ ਕਰਦੇ ਮੁੰਡਿਓ, ਖੱਚ ਕੇ ਸ਼ੇਅਰ ਕਰ ਦਿਓ। ਡਾਂਗ ਅਗਲੇ ਮੈਚ ਵੀ ਬੜੀ ਖੜਕਣੀ ਆ, ਇੱਕ ਪਾਸੇ ਗੋਪਾ ਮਾਨ ਤੇ ਸੋਢੀ ਦੀਪ ਸਿੰਘ ਵਾਲੇ ਖੇਡਣਗੇ ਤੇ ਮੈਚ ਕਾਲੀ ਵਾਲੇ ਨਾਲ ਅਗਲਾ ਮੈਚ ਐਂਡ ਲੱਗਣਾ, ਅਗਲੇ ਮੈਚ ਵੀ ਮੈਚ ਆ ਵੀ ਬੜਾ ਤਗੜਾ, ਖੱਚ ਕੇ ਕਹਿ ਕੇ ਦੋ ਕਰ ਦਿਓ ਸ਼ੇਅਰ ਮੁੰਡਿਓ, ਬਹੁਤ ਵੱਡਾ ਧੰਨਵਾਦ ਹੈ। ਲਓ ਸਾਹਮਣੇ ਇਧਰਲੇ ਪਾਸੇ ਫੇਰ ਤਿੰਨ ਟੂਰ ਵੀ ਜਿੱਤਿਆ, ਇੱਕ ਲੱਖ ਢਾਈ ਲੱਖ ਇੱਕ ਮੈਚ ਦੇ ਵਿੱਚ ਜਿੱਤਣ ਵਾਲਾ ਖਿਡਾਰੀ ਹੈ ਇਹ ਹੈ ਸਰਜੇਸ਼ ਭਵਜੋਤ ਬੇਟਾ, ਕੀ ਹਾਲ ਚਾਲ ਭਵਜੋਤ, ਤਕੜੇ ਨੰਬਰ ਦਾ ਵਾਧਾ ਹੈ।
ਮੈਚ ਉਧਰ ਅੱਜ ਅਲੀਕ ਵਾਲੇ ਮੁੰਡੇ ਇੰਦਰਜੀਤ ਗੱਲ ਬਾਈ ਇੱਕ ਮਿੰਟ ਵੇਟ ਜੀ ਵੇਟ ਗੱਲ ਸਾਹਿਬ ਏਰੀਏ ਵਿੱਚ ਖੇਡਦੇ ਹੈ ਤੇ ਉਧਰ ਭੱਟੀਆਂ ਦੀ ਟੀਮ ਪੰਜਾਬ ਦੀਆਂ ਟੌਪ ਟੀਮਾਂ ਦੇ ਵਿੱਚ ਆਉਂਦੀ ਹੈ ਪਰ ਮੁੰਡੇ ਕਹਿੰਦੇ ਜਰੂਰ ਕਿਰਪਾ ਕਰਕੇ ਗਰਾਊਂਡ ਨੰਬਰ ਇੱਕ ਦੇ ਪੁਆਇੰਟ ਸਾਂਝੇ ਕਰ ਦੇਵੇ ਬਹੁਤ ਵੱਡਾ ਧੰਨਵਾਦ ਹਾਂਜੀ ਸਰਾਵਲੀ ਏ ਤੇ ਸਰਾਵਾਂ ਦੀਆਂ ਟੀਮਾਂ ਆਓ ਜੀ ਉਹ ਤੋਂ ਬਾਅਦ ਤਿੰਨ ਨੰਬਰ ਗਰਾਊਂਡ ਚ ਕਾਉਣੀ ਏ ਤੇ ਸਰਾਵਾਂ ਨੇ ਖੇਡਣਾ ਤਿੰਨ ਨੰਬਰ ਗਰਾਊਂਡ ਚ ਆ ਜਾਓ ਇੱਕ ਨੰਬਰ ਚ ਕਿੰਗਰਾ ਭੇਜਾ ਤੇ ਦੀਪ ਸਿੰਘਲਾ ਰਾਜੇ ਦੀਆਂ ਟੀਮਾਂ ਆਓ ਜੀ ਕਿੰਗਰਾ ਭੇਜਾ ਤੇ ਦੀਪ ਸਿੰਘਲਾ ਰਾਜਾ ਇਹ ਟੀਮਾਂ ਤੋਂ ਬਾਅਦ ਇੱਕ ਨੰਬਰ ਗਰਾਊਂਡ ਚ ਆ ਜਾਓ ਦੋ ਨੰਬਰ ਚ ਦੀਪ ਸਿੰਘਲ ਦੀ ਇਹ ਟੀਮ ਤੇ ਕਾਲੀਅਲ ਦੇ ਖਿਡਾਰੀ ਜਿਹੜੇ ਤਿਆਰ ਦਰ ਤਿਆਰ ਰਹਿਣਗੇ ਇਹ ਵੀ ਟੀਮਾਂ ਆਪਣੀ ਤਿਆਰੀ ਰੱਖੋ ਜੀ ਲੈ ਜੀ ਬਹੁਤ ਬਹੁਤ ਧੰਨਵਾਦ ਉੱਧਰ ਮਨਿੰਦਰ ਬੀਲਾ ਕਨੇਡਾ ਵਾਲਾ ਸਾਡਾ ਭਰਾ ਉਹ ਵੀ ਕਹਿੰਦੇ ਲਾਈਵ ਜਿਹੜਾ ਬੈਠਾ ਹੈ ਬੀਲੇ ਵਾਲਾ ਭਰਾ ਸਾਡਾ ਮਨਿੰਦਰ ਵੱਸਦਾ ਕਨੇਡਾ ਦੇ ਵਿੱਚ ਆਹ ਕਹਿੰਦੇ ਲਾਈ ਤੱਕਦਾ ਇੱਧਰ ਇੰਦਰਜੀਤ ਟੱਪਾ ਪਾ ਦੇਵੇ ਗਿਆਰਾਂ ਸੌ ਤੇ ਸਾਡਾ ਭਰਾ ਇੰਦਰਜੀਤ ਗਿੱਲ ਕਹਿੰਦਾ ਕਨੇਡਾ ਵਾਲਾ ਵੀ ਆਪਾਂ ਗਿਆਰਾਂ ਸੌ ਦੇਵਾਂਗੇ ਜੇ ਪਿੰਡਾ ਰਾਜਪਾਲ ਦੇ ਬਲ ਆ ਗਿਆ ਤਾਂ ਵੀ ਮਾਣਗੇ ਨੇ ਗਿਆਰਾਂ ਗਿਆਰਾਂ ਸੌ ਦੀ ਨਗਦ ਰਾਸ਼ੀ ਦੇਣਾ ਕਿਤੇ ਜਾਣਗੇ ਇੱਕੀ ਸੌ ਕਰਤਾ ਵੀਰ ਨੇ ਇਧਰਲੇ ਪਾਸੇ ਕਦੇ ਗਲਤੀ ਹੋ ਗਈ ਹੈ ਤੇ ਸਫਲਤਾ ਜਿਹੜੀ ਹੈ ਫਰੋਸ਼ਾ ਦੀ ਤੀ ਟੀਮ ਦੇ ਖਾਤੇ ਵਿੱਚ ਮੇਰੇ ਮਿੱਤਰੋ ਟੀਮਾਂ ਚੰਗੀਆਂ ਤੇ ਮਾਰ ਮਾਰ ਸ਼ਾਟਾਂ ਭੇੜੇ ਕੱਢਣ ਗਿਆ ਕਿ ਬਈ ਹੁਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਵਧੀਆ ਵਧੀਆ ਸਿੰਘ ਬੰਮਾ ਪਤਾ ਜਾਣਾ ਲੱਗ ਪਈ ਬਾਬਾ ਧਰਵਾ ਜੀ ਅਰਸ਼ ਬਰਾੜ ਪਈ ਠੀਕ ਹੈ ਜੀ ਅਰਸ਼ ਬਰਾੜ ਬਣਾ ਸਾਡਾ ਆਪਣੀ ਚਾਬੀ ਲੈ ਕੇ ਜਾਓ ਜੀ ਇਧਰਲੇ ਸਟੇਜ ਵਾਲੇ ਪਾਸੇ ਆ ਗਏ ਅਰਸ਼ ਬਰਾੜ ਨਿਬੜ ਗਿਆ ਜੀ ਆ ਜੋ ਟੀਮਾਂ ਦੇ ਖਿਡਾਰੀ ਕਿੰਗਰਾ ਭੇਜੇ ਦੀ ਟੀਮ ਦਾ ਮੈਚ ਆ ਮੇਰੇ ਖਿਆਲ ਕਲਾ ਰਾਜੇ ਦੀ ਟੀਮ ਦੇ ਨਾਲ ਆ ਜੋ ਮੇਰਾ ਵੀਰ ਬਣ ਕੇ ਲੈ ਵੀ ਹਨੀ ਕਿੰਨੇ ਕਿੰਨੇ ਹੋ ਗਏ ਪੁਆਇੰਟ ਮੇਰਾ ਵੀਰ ਬਣ ਕੇ ਜਰੂਰ ਦੱਸੋ ਜੀ ਲੈ ਵੀ ਕਮਲ ਕਿਹੜੀ ਟੀਮ ਜੇਤੂ ਹੈ ਇੱਕ ਰੈਫਰੀ ਆ ਜਾਓ ਸੁਣਿਓ ਭੱਟੀਆਂ ਵਾਲੇ ਮੁੰਡੇ ਜਿੱਤ ਗਏ ਬਾਬਾ ਦੀਪ ਸਿੰਘ ਕਲੱਬ ਭੱਟੀਆਂ ਬਹੁਤ ਸੋਹਣਾ ਮੈਚ ਖੇਡਿਆ ਗਿਆ ਹੈ ਭੱਟੀਆਂ ਵਾਲੇ ਮੁੰਡੇ ਕਹਿੰਦੇ ਜੇਤੂ ਬਣ ਗਏ ਹੈ ਇੱਕ ਰੈਫਰੀ ਆਓ ਜੀ ਭੱਟੀਆਂ ਵਾਲੇ ਮੁੰਡੇ ਜਲਦੀ ਦੇ ਨਾਲ ਭੇਜਿਆ ਕਿੰਗਰਾ ਤੇ ਦੀਪ ਸਿੰਘਲਾ ਰਾਜੇ ਦੀਆਂ ਟੀਮਾਂ ਆਓ ਜੀ ਲਾ ਦੋ ਮੇਰਾ ਭਰਾ ਬਣ ਗਈ ਪਰ ਇਧਰਲੇ ਪਾਸੇ ਕਦੇ ਲੱਭੇ ਨੇ ਬੜੀ ਤਗੜੀ ਬਾਲ ਲਾਭੀ ਹੈ ਬਈ ਨਿੱਕੇ ਕਰਾਓ ਮੈਂ ਚੱਕ ਜਾਣਾ ਭੱਟੀਆਂ ਵਾਲੇ ਮੁੰਡੇ ਤੇ ਜੀ ਕਰਾਓ ਮੈਂ ਚੱਕ ਜਾਣਾ ਭੱਜ ਕੇ ਲਾ ਵੀ ਵੀਰੇ ਚਲਾਓ ਜੀ ਮੈਚ ਇੱਕ ਨੰਬਰ ਗਰਾਊਂਡ ਦਾ ਵੀ ਭੱਟੀਆਂ ਦੀ ਟੀਮ ਦਾ ਵੀਰੇ ਰੈਫਰੀ ਆਓ ਜੀ ਉਧਰ ਚਲਾਈਏ ਮੈਚ ਆਪਾਂ ਪਰ ਇਧਰ ਬਾਹਰ ਆਊਟ ਤੇ ਸਫਲਤਾ ਜਿਹੜੀ ਫਰੋਸ਼ਾਂ ਦੀ ਬੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਕਮਲ ਭਨੈਰੀ ਕਿੰਨੇ ਹੋ ਗਏ ਪੁਆਇੰਟ ਮੇਰਾ ਵੀਰੇਂਦਰ ਢਿੱਲੋਂ ਦੇ ਲਾਈ ਵਾਲੇ ਪਾਸੇ ਦੱਸੇ ਜੀ ਚਾਰ ਤੇ ਸਵਾ ਲੱਖ ਇਧਰ ਇੱਕ ਪੁਆਇੰਟ ਉਧਰ ਚਾਰ ਪੁਆਇੰਟ ਜੀ ਫਰੋਸ਼ਾ ਬੀ ਦੇ ਗਰਾਊਂਡ ਦੇ ਵਿੱਚ ਆਵੇਗਾ
ਇਧਰ 4 ਤੇ 1 ਦੀ ਟੱਕਰ ਹੈ ਪਰ ਸਾਹਮਣੇ ਫਾਉਲ ਹੋ ਗਿਆ ਹੈ ਔਰ ਸਫਲਤਾ ਜਿਹੜੀ ਹਰਪ੍ਰੀਤ ਬਰਾੜ ਦੇ ਖਾਤੇ ਵਿੱਚ ਜਾ ਚੁੱਕੀ ਹੈ ਹਰਪ੍ਰੀਤ ਬਰਾੜ ਜਿਹੜੇ ਸਾਵੜਾ ਲੋਕਾਂ ਨੂੰ ਆਸ ਉਮੀਦਾਂ ਟੁੱਟਿਆ ਬਾਲਾ ਅਮਰ ਸਿੰਘ ਬੰਮਾ ਬਬਲ ਧਰਵਾਲ ਉਹ ਮੈਚ ਦਾ ਇੱਕ ਪਾਸਾ ਦੇ ਕਰੀ ਆਉਂਦੇ ਆ ਹੁਣ ਵਾਪਸੀ ਹੈ ਜਿਹੜੀ ਕਰਨੀ ਪੈਣੀਆਂ ਦੇ ਰਵੀਰ ਵੀ ਦੁਸ਼ਮਣ ਨਾਲ ਪੰਗਾ ਲਈਏ ਤੇ ਬੁਰਕੇ ਨਾਲ ਢਿੱਲੇ ਪਈਏ ਨੱਕ ਵਿੱਚ ਤਨ ਕਰਕੇ ਰਹੀਏ ਐਵੇਂ ਕੋਈ ਤਿਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਇਹ ਚਲਾਈਏ ਮੈਚ ਸੁਣੋ ਜਲਦੀ ਦੇ ਨਾਲ ਬੰਦੋ ਚਲਾ ਦਈਏ ਮੈਚ ਟੀਮਾਂ ਆ ਗਈਆਂ ਬੜੀ ਨਿਮਰਤਾ ਵਾਲਾ ਖਿਡਾਰੀ ਹੈ ਮੇਰੇ ਮਿੱਤਰੋ ਆ ਮੈਚ ਦੇ ਵਿੱਚ ਦੇ ਖੜਕਾ ਦਰਕਾ ਬੜਾ ਹੋਈ ਆਉਂਦਾ ਛੇਵਾਂ ਨੰਬਰ ਦਾ ਵਾਧਾ ਕਰ ਗਿਆ ਆਪਣੀ ਟੀਮ ਲਈ ਅਸੀਂ 2-4 ਹੋ ਗਏ ਬਾਈ ਸ਼ੁਕਰਾਨਾ ਸਦਾ ਕਰੀਦਾ ਤੇ ਸੁੱਖੀ ਲੋਕੋ ਹੋ ਬੰਦਾ ਰਾਧਾ ਨੀ ਅੱਗੇ ਵਿੱਚੋਂ ਵੀ ਢੋਲੀ ਦਾ ਛੱਡੀਏ ਨਾ ਦਿਲ ਦਿਲ ਜਾਂਦੀ ਮਿਲ ਕੇ ਤਰੱਕੀ ਫੇਰ ਛੱਡੀ ਦੇ ਪੈਰ ਔਰ ਉਧਰ ਕਹਿੰਦੇ ਗੱਗੂ ਆ ਕਨੇਡਾ ਵਾਲਾ ਇਹਨੇ ਕਹਿੰਦੇ ਹੋਰ ਧੱਫੜ ਪਾ ਦਿੱਤਾ ਗਰਾਊਂਡ ਨੰਬਰ 3 ਚ ਵੀ ਮੁਕਾਬਲਾ ਕਹਿੰਦੇ ਬਰਾਬਰੀ ਦੀਆਂ ਟੀਮਾਂ ਦਾ ਇੱਕ ਪਾਸੇ ਤਲਵੰਡੀ ਜੀਤ ਤੇ ਮੱਲੇ ਵਾਲਾ ਰਿੰਕੂ ਪੰਜਾਬ ਤੇ ਹਰਿਆਣੇ ਦੀਆਂ ਟੀਮਾਂ ਦਾ ਕਹਿੰਦੇ ਵੱਡਾ ਪੇਚਾ ਪਿਆ ਹੋਇਆ ਰਾਜੀ ਸੁਖਮਣ ਜ਼ਰੂਰ ਸਾਡੇ ਹਾਏ ਰੱਬਾ ਹਾਏ ਰੱਬਾ ਡਾਂਗ ਤਿੰਨ ਚਾਰ ਇੱਧਰ ਤਿੰਨ ਹੋ ਗਏ ਚੁੱਕਿਆਂ ਦੇ ਚਾਰ ਪੁਆਇੰਟ ਲਾਲੀ 3 ਤੇ 4 ਹੈ ਰੋਸ਼ਾ ਵੀ ਯਾਰ ਮੈਚ ਦੀ ਸ਼ੁਰੂਆਤ ਕਿਵੇਂ ਲੱਗੀ ਹੈ ਇੱਕ ਵਾਰੀ ਯਾਰ ਮਾੜਾ ਮੋਟਾ ਰੋਲਾ ਰੱਬਾ ਯਾਰ ਪਾ ਦੇ ਉਧਰ ਗੁਰਪ੍ਰੀਤ ਕਹਿੰਦੇ ਤੇਸੂ ਮਾਜਰੇ ਤੋਂ ਲਾਈ ਤੱਕਦਾ ਭਰਾ ਸਾਡਾ ਚੰਦਨ ਖੇੜੇ ਪਿੰਡ ਦਾ ਮਣੀ ਹੈ ਜਿੰਨੇ ਟੱਪੇ ਪਾਊਗਾ ਹਰ ਇੱਕ ਟੱਪੇ ਦਾ ਇੱਕ 100 ਦਿੱਤਾ ਜਾਣਾ ਵੀ ਜੀਤ ਜਿਹੜੀ ਹੈ ਟੱਕਰ ਖੇਡ ਮੈਦਾਨ ਦੇ ਵਿੱਚ ਤਲਵੰਡੀ ਵਾਲਾ ਜੀਤ ਪੈਰਾਂ ਨਾਲ ਮਿੱਟੀ ਵਾਲੀ ਪੜਦਾ ਹੈ ਕੋਈ ਪੈਰਾਂ ਦਾ ਪੱਟਾ ਕਹਿੰਦਾ ਹੈ ਤਲਵੰਡੀ ਵਾਲਾ ਜੀਤ ਸਿੰਘ ਭੜੌੜ ਦਾ ਇਲਾਕਾ ਹੈ ਵੋਟਾਂ ਵਿੱਚ ਖੜ ਗਿਆ ਸਦੀਕ ਬੰਦੀਏ ਚੱਲ ਦੀ ਵੋਟ ਪਾਉਣ ਤੇ ਆਪਾਂ ਭੜੌੜ ਚੱਲੀਏ ਭੜੌੜ ਦੇ ਇਲਾਕੇ ਦਾ ਖਿਡਾਰੀ ਇਹ ਵੀ ਕਹਿੰਦੇ ਵੱਡਾ ਖਿਡਾਰੀ ਹੈ
ਤਲਵੰਡੀ ਵਾਲਾ ਜੀਤ ਖੇਡ ਰਿਹਾ, ਦੋ ਕੁ ਨੰਬਰਾਂ ਦਾ ਫਰਕ ਹੈ। ਦੂਜੇ ਪਾਸੇ ਜ਼ਿਲ੍ਹਾ ਸਰਸਾ ਹੈ, ਹਰਿਆਣਾ ਖੇਡ ਰਿਹਾ ਹੈ। ਲਓ 11 ਤੇ 12 ਕਹਿੰਦੇ ਹੋ ਗਏ ਹੈ, ਤਿੰਨ ਚਾਰ ਚੇਂਜ ਆ ਜੀ। ਲਾਪੀ ਸਿੱਧੂ, ਕਮਲੇਸ਼ ਫਰੀਕ, ਧੰਨਵਾਦ ਧੰਨਵਾਦ ਰਾਮ ਨਿਵਾਸ, ਬਿਲਕੁਲ ਬਿਲਕੁਲ ਤਰਸੇਮ ਖੋਖਰ, ਓ ਕੋਟ ਗੁਰੂ ਵਾਲਾ 500 ਦਿੱਤਾ ਜਾਣਾ ਵੀ ਵੱਡੇ ਮਾਣ ਹੋਣਗੇ। ਉਧਰ ਜਸ਼ਨ ਬਰਾੜ, ਸਾਡਾ ਵੀਰ ਵਸਦਾ ਕੈਨੇਡਾ ਦੇ ਵਿੱਚ, ਅੱਜ ਦੇ ਸਥਿਰ ਟੂਰਨਾਮੈਂਟ ਦੇ ਲਈ ਵੱਡੀ ਸਪੋਰਟ ਆ ਭਰਾ ਦੀ, ਔਰ ਇਹਨਾਂ ਬੋਲਾਂ ਲਈ ਬੰਦਾ ਬਾਹਰ ਭੇਜਿਆ ਜਸ਼ਨ ਬਰਾੜ ਕੈਨੇਡਾ। ਉਹ ਵੀ ਕਹਿੰਦੇ ਸਿੱਧੀਆਂ ਤਾਰਾਂ ਜੋੜੀ ਬੈਠਾ ਭਰਾ ਸਾਡਾ, ਵੀ ਛੱਡ ਕੇ ਪੰਜਾਬ ਜੋ ਜਸ਼ਨ ਬਰਾੜ ਕਹਿੰਦੇ ਕੈਨੇਡਾ ਦਾ ਵੀ ਲਾਈ ਤੱਕਦਾ, ਵੱਡਾ ਪਿਆਰ ਭੇਜਿਆ ਵੀਰ ਨੇ, ਦਿਲੋਂ ਧੰਨਵਾਦ ਹੈ। ਲੈ ਵੀ ਚੁੱਕਿਆ ਵਾਲਿਆ, ਆਹ ਮੇਲਾ ਕਹਿੰਦੇ ਦੀਪ ਸਿੰਘ ਵਾਲੇ ਦਾ, ਔਰ ਕਹਿੰਦੇ ਭਾਜੋ ਬੰਦੇ ਆ, ਮਸਲਾ ਖੁਆਤੀ ਪਿੰਡਾਂ ਦਾ, ਪੱਟੀਆਂ ਤੋੜਦੀਆਂ ਪੈਣਗੀਆਂ ਸਿੱਧੇ। ਮਸਲਾ ਵੱਡਾ ਬਣਿਆ ਹੋਇਆ, ਮਸਲਾ ਕਹਿੰਦੇ ਵੱਡਾ ਬਣਿਆ ਹੋਇਆ। ਇੱਧਰ ਤਲਵੰਡੀ ਵਾਲਾ ਜੀਤ ਟੁੱਟ ਪੈਂਦਾ, ਯੱਟ ਦਾ ਉਹੀ ਨੰਬਰ ਚੱਲਦਾ ਜਦੋਂ ਜੀ ਕਰਿਆ। ਓਕੇ ਓਕੇ ਕਰ ਵੀ ਦੱਸੂ ਮਾਜਰਾ, ਡੋਂਟ ਵਰੀ ਡੋਂਟ ਵਰੀ, ਵੇਟ ਵੇਟ, ਰੌੜੀ ਵਾਲੇ ਕਿੰਨ ਦੇ ਪਿੰਡ ਦਾ, ਬਿਲਕੁਲ ਬਿਲਕੁਲ, ਫੇਰ ਕਰੋ ਵੀਰੇ, ਇੱਧਰ ਕਰ ਵੀ ਤੇ ਵੇਟ ਕਰੀ ਭਰਾ ਬਣ ਕੇ, ਤੇ ਮੈਚ ਹੈ, ਮੈਚ ਤੰਡੇ ਗਰਾਉਂਡਾਂ 'ਚ ਪੌੜੇ ਤੰਡੇ ਖੇਡੇ ਜਾ ਰਹੇ ਹੈ। ਹਾਂ, ਦੋ ਨੰਬਰ ਤੇ ਦੁਨੀਆ ਕਹਿੰਦੇ ਜੁੜੀ ਹੋਈ ਹੈ, ਗੁੱਟਕ ਟੱਪਾ ਫੁੱਲ ਹੋ ਰਿਹਾ ਹੈ, ਮੈਚ ਇੱਕ ਦਾ ਵੀ ਪੌੜਾ, ਸੇਮੇ ਨੇ ਟੱਪਾ ਪਾਦਾ ਪਾਦਾ ਇੰਦਰਜੀਤ ਭਾਈ, ਸੇਮੇ ਨੇ ਟੱਪਾ ਪਾਦਾ ਪਾਦਾ, ਜੁੜ ਗਿਆ ਬੱਲਿਆਂ ਦੀ ਟੀਮ ਦੇ ਪਾਦਾ ਵੀਰੇ ਟੱਪਾ, ਪਰ ਇੱਧਰ ਦੋ ਨੰਬਰ ਗਰਾਉਂਡ ਦੇ ਵਿੱਚ ਦੇ ਖੱਡਾ, ਆਹ ਕਹਿੰਦੇ ਪੂਰਾ ਖੜਕੀ ਆਉਂਦਾ ਸੇਮਿਆਂ, ਆਹ ਗਲਤੀਆਂ ਨੇ ਬਹੁਤ ਦੂਰ ਕਰ ਦੇਣਾ, ਆਹ ਕੱਪ ਤੋਂ ਨਿੱਕੀਆਂ ਨਿੱਕੀਆਂ ਗਲਤੀਆਂ ਨੇ ਬਾਲਾ ਦੂਰ ਕਰ ਦੇਣਾ, ਹੋਰ ਥੋੜਾ ਧਿਆਨ ਕਰਨਾ ਪਊਗਾ। ਆਹ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ, ਤੇ ਹੁਣ ਪਤਾ ਲੱਗੂ ਬਈ ਜਿਹੜਾ ਤਕੜਾ ਸਰੀਰ ਹੁੰਦਾ, ਕਹਿੰਦੇ ਚੀਮੇ ਪਰਿਵਾਰ ਦਾ ਪਿੰਡਾ ਖੇਡਦਾ ਸੈਂਟਰ ਦੇ ਵਿੱਚ, ਮੈਨੂੰ ਲੱਗਦਾ ਜਿਵੇਂ ਪਵਾਤਾ ਹੁੰਦਾ, ਸ਼ੋਰ ਨਹੀਂ, ਸ਼ੋਰ ਨਹੀਂ ਵੀਰੇ, ਮੈਨੂੰ ਲੱਗਦਾ ਵੀ ਜਿਵੇਂ ਪਵਾਤਾ ਹੁੰਦਾ ਸੀ ਮੇਰੇ ਟੱਪਾ ਕਰ ਗਿਆ। ਬਾਕੀ ਕੋਈ ਨੀ, ਪੁੱਛ ਲਾਂਗੇ ਆਪਾਂ ਜੀ, ਗੱਲ ਕੈਨੇਡਾ ਬਾਬਾ ਧਰਵਾ ਜੀ, ਰਜੀਵ ਬਾਬਾ, ਰਾਮ ਨਿਵਾਸ ਨੈਣ, ਸੰਘ ਮਨਜੀਤ, ਸਤਨਾਮ ਚੰਦ ਮੰਡਲ ਜੀ, ਬਾਬਾ ਧਰਵਾ ਨੰਬਰ ਦੱਸ ਦਿਆਂ ਜੀ, ਦੱਸ ਦਿਆਂ ਹਰਪ੍ਰੀਤ ਬਰਾੜ, ਓਕੇ ਹਰਪ੍ਰੀਤ ਬਰਾੜ, ਗੁਰੂ ਦਾ ਲੰਗਰ ਖੁੱਲਾ ਚੱਲ ਰਿਹਾ ਹੈ, 5 ਤਿੰਨ ਮੇਰੇ ਖਿਆਲ ਚ, ਓਕੇ ਓਕੇ, ਪੰਜਾਬ ਦੇ ਐਮ ਐਲ ਅਸਪਤਾਲ, ਵਾਹ ਬਈ ਵਾਹ, ਵੀ ਕਰਕੇ ਉੱਠ ਕੇ ਨਾਮ ਧਿਆਲਾ ਨਾਲ ਗੁਰਾਂ ਦੇ ਪ੍ਰੀਤਾ ਪਾਲਾ, ਗੁਰੂ ਘਰ ਦਾ ਸਪੀਕਰ ਬੋਲੇ ਤੱਕੜੀ ਨਾਨਕ ਦੀ, ਤੇਰਾ ਤੇਰਾ ਤੋਲੇ ਤੱਕੜੀ ਵਾਲੇ, ਤੇਰਾ ਤੇਰਾ ਤੋਲੀ ਆਉਂਦੇ ਪਰ ਲੰਬਾ ਭਰੋਸਾ ਵਾਲਾ ਪਾਲ ਦੇ ਕਲੇ ਉੱਤੇ ਕਮਾਲ ਕਰਤੀ ਹੈ। ਆਓ ਜੀ ਕੌਣੀ ਤੇ ਸਰਾਵਾਂ ਦੀਆਂ ਟੀਮਾਂ ਜੋ ਜਲਦੀ ਦੇ ਨਾਲ, ਬਹੁਤ ਸੋਹਣਾ ਮੈਚ ਖੇਡਿਆ ਜਾਣਾ ਹੈ, ਕੌਣੀ ਇਹ ਤੇ ਸਰਾਵਾਂ ਗੋਰਾ ਹੇਅਰ ਸਲੂਨ ਵਾਲਾ ਭਰਾ ਸਾਡਾ ਕਹਿੰਦਾ ਵੀ ਆਪਾਂ ਜੇ ਸੇਵਾ ਦੇ ਉੱਤਰ
ਵਾਹ ਬਈ ਵਾਲਾ ਜੀ ਸੇਮੇ ਭਰਾ ਬੰਦੇ ਹੋਣਗੇ ਆਹ ਕਹਿੰਦੇ ਸਕੀਮਾਂ ਮੌਕਿਆਂ ਨੂੰ ਸਾਂਭਣਾ ਪੈਂਦਾ ਸੋਨੇ ਵੀਰ ਨੰਬਰ ਹੁਣ ਜੋੜਨਾ ਪਊਗਾ ਨੰਬਰ ਲਾਸਟ ਆ ਵੀ ਚਿੱਟਾ ਹਾਰਾ ਦੇ ਨਾ ਫੈਸਲੇ ਅਧੂਰੇ ਰਹਿਣਗੇ ਆਓ ਸਾਹਮਣੇ ਰੌਲੀ ਵਾਲਿਆ ਜੀਵ ਕਦੇ ਗੱਡੀ ਦੇ ਮੂਹਰੇ ਮੂਹਰੇ ਤੈਨੂੰ ਤੋਰ ਕੇ ਨਾ ਲਿਜਾਵੇ ਆਹ ਥੋੜਾ ਤਕੜਾ ਹੋਣਾ ਪਊਗਾ ਲਓ ਸਰਬ ਤੇਜ ਤੇਰਾਂ ਤੇ ਚੌਦਾਂ ਦੀ ਟੱਕਰ ਆ ਪਰ ਇਧਰਲੇ ਪਾਸੇ ਕਦੇ ਫਰਕ ਵੱਡਾ ਪੈ ਗਿਆ ਲੱਗਦਾ ਹੌਲੀ ਹੌਲੀ ਕਰਕੇ ਆਹ ਮੁੰਡੇ ਕਦੇ ਜਿੱਤਾਂ ਵੱਲ ਤੋਂ ਵੱਧਦੇ ਜਿੱਤ ਵੱਲ ਵੱਧਦੇ ਤੁਰੇ ਆਉਂਦੇ ਹੈ ਪਰ ਇੱਧਰ ਤਲਵੰਡੀ ਵਾਲਾ ਜੀਤ ਕਹਿੰਦੇ ਹੱਦੋਂ ਵੱਧ ਜ਼ੋਰ ਲਾਈ ਆਉਂਦਾ ਹੈ ਤਲਵੰਡੀ ਵਾਲਾ ਹੱਦੋਂ ਵੱਧ ਜ਼ੋਰ ਲਾਈ ਆਉਂਦਾ ਹੈ ਰੌਲੀ ਵਾਲਾ ਸਾਥ ਦੇਣਾ ਪੈਣਾ ਹੈ ਉਹ ਬੱਲੇ 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 ਰੌਲੀ ਵਾਲਾ ਤੇ ਜੜਾਂ ਜੀ ਬਹਿ ਗਿਆ ਲੇਵੀ ਚੌਦਾਂ ਚੌਦਾਂ ਹੋ ਗਏ ਪੰਜ ਤਿੰਨ ਜੀ ਉਧਰ ਪੰਜ ਪੈਂਟਾਂ ਫਰੋਸ਼ਾ ਵੀ ਦੇ ਤਿੰਨ ਪੈਂਟਾਂ ਪੰਜ ਨੰਬਰ ਆ ਜਿਹੜੇ ਫਰੋਸ਼ਾ ਦੀ ਬੀ ਟੀਮ ਦੇ ਸਾਰੇ ਵੀਰਾਂ ਦਾ ਧੰਨਵਾਦ ਹੈ ਬਾਬਾ ਨਾਨਕ ਉਹਨਾਂ ਦੀ ਕਮਾਈ ਦੇ ਵਿੱਚ ਹੋਰ ਵੀ ਵਾਧਾ ਕਰੇ ਬੜੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਨੱਥੂ ਵਾਲੀਆ ਪ੍ਰਧਾਨ ਜਿਹੜੇ ਕੀਤਾ ਧੰਨਵਾਦ ਹੈ ਵੱਡੀ ਜਿਹੜੀ ਸੇਵਾ ਕਰ ਰਹੇ ਹੈ ਨੰਬਰ ਲਾਸਟ ਆ ਗਿਆ ਹੈ ਇੱਧਰ ਗੋਰੇ ਕੋਚਦਾ ਕਹਿੰਦੇ ਜੀ ਨਹੀਂ ਲੱਗਦਾ ਨੰਬਰ ਲਾਸਟ ਹੈ ਰੌਲੀ ਵਾਲਾ ਨੰਬਰ ਜੋੜ ਵੀ ਸਕਦਾ ਤੇ ਰੌਲੀ ਵਾਲਾ ਚੈਨ ਤੋੜ ਵੀ ਸਕਦਾ ਇਹ ਤੇ ਕਹਿੰਦੇ ਇੱਕ ਨੰਬਰ ਤੇ ਗੱਲ ਖੜੀ ਹੈ ਉਹ ਤਲਵੰਡੀ ਵਾਲਾ ਬੱਲੇ ਰੌਲੀ ਵਾਲਾ ਨੰਬਰ ਲੱਖ ਵਰਗਾ ਪਾਲਾ ਇੱਧਰ ਪੰਜ ਤੇ ਤਿੰਨ ਦਾ ਮੁਕਾਬਲਾ ਖੇਡਿਆ ਜਾ ਰਿਹਾ ਪਹਿਲਾਂ ਹੋ ਗਏ ਚੇਂਜ ਨਹੀਂ ਹੋਣੀ ਨੋਟ ਰੱਖੋ ਜੀ ਤਿੰਨੋ ਟੀਮਾਂ ਇਹਦੇ ਪਹਿਲਾਂ ਹੋ ਗਏ ਹੋਨੀ ਅਗਲਾ ਮੈਚ ਹੈ ਵੀਰੇ ਗੋਪੇ ਮਾਨ ਦਾ ਨੈਕਸਟ ਮੈਚ ਦੀਪ ਸਿੰਘਲਾ ਖਿਡਾਰੀ ਆਪਣੇ ਆਪ ਨੂੰ ਤਿਆਰ ਕਰ ਲੈਣਗੇ ਦੀਪ ਸਿੰਘ ਵਾਲਾ ਦੇ ਕਾਲੀਆ ਦਾ ਮੈਚ ਵੀ ਤੋਂ ਬਾਅਦ ਬੜਾ ਚੋਟੀ ਦਾ ਖੇਡਿਆ ਜਾਵੇਗਾ ਇੱਧਰ ਪੰਜ ਤੇ ਤਿੰਨ ਦੀ ਟੱਕਰ ਹੈ ਨੰਬਰ ਛੇਵਾਂ ਉਧਰ ਪੰਜ ਪੈਂਟਾਂ ਫਰੋਸ਼ਾ ਵੀ ਤਿੰਨ ਪੈਂਟ ਕੈਮਰੇ ਸਾਹਮਣੇ ਚੁੱਕਿਆ ਉਧਰ ਪੰਜ ਇੱਧਰ ਤਿੰਨ ਤੇਜਾ ਭਲਵਾਨ ਕੋਈ ਆਖਰ ਬੰਦਿਆਂ ਬੰਦਿਆਂ ਦੀ ਗੱਲ ਲਾ ਦਿੰਦਾ ਹਿੰਮਤ ਕਰਕੇ ਦੇਖ ਲਾ ਜੇ ਗੱਲ ਬਣ ਜਾਵੇ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ ਤੇ ਬਾਕੀ ਦੁੱਖ ਤੇ ਸਾਰੇ ਹੱਸ ਕੇ ਜਰ ਜਾਈਏ ਆਹ ਪੀਰੋ ਤੇਰਾ ਦੁੱਖਰ ਦਾ ਜਾਂਦਾ ਪੰਜ ਤਿੰਨ ਬਲਵਾਨ ਤੇ ਪੰਜ ਪੈਂਟ ਫਰੋਸ਼ਾ ਵੀ ਤਿੰਨ ਪੈਂਟ ਕੈਮਰੇ ਸਾਹਮਣੇ ਲਾ ਦਿੰਦਾ ਸਮੇਂ ਜਿਹਾ ਪਲਵਾਨ ਨਾ ਪਲਵਾਨ ਕੋਈ ਲੈ ਵੀ ਵੀਰੇ ਲੰਗਰ ਪ੍ਰਸ਼ਾਦਾ ਪਾਣੀ ਭਰਾ ਬਣ ਕੇ ਇਕੱਲੇ ਖਿਡਾਰੀਆਂ ਦੇ ਲਈ ਵੀਰ ਬਣ ਕੇ ਵੀਰ ਸਾਡੇ ਜਿਹੜੇ ਧਿਆਨ ਤੇ ਰੱਖਣਗੇ ਜੀ ਇਕੱਲੇ ਖਿਡਾਰੀਆਂ ਦੀ ਲੰਗਰ ਪ੍ਰਸ਼ਾਦਾ ਪਾਣੀ ਹੈ ਲੈ ਵੀ ਆਓ ਜੀ ਅਗਲਾ ਮੈਚ ਖੇਡਣ ਦੇ ਲਈ ਉਧਰ ਬਹੁਤ ਵੱਡਾ ਧੰਨਵਾਦ ਭਰਾ ਸਾਡੇ
ਮਨਜੀਤ ਸੰਧੂ ਮਨੀਸ਼ ਮੰਜੂ ਜਗਵਿੰਦਰ ਬਾਬਾ ਧਰਵਾ ਵਿਰੋਧਰਾ ਵਿਰੋਧ ਹਾਂਜੀ ਹਾਂਜੀ ਸੁਭਾਸ਼ ਚੌਧਰੀ ਜੀ ਵੈਲਕਮ ਭਾਈ ਆ ਨਾ ਦੋਸਤੀ ਬਹੁਤ ਦੇਵਾਂਗੇ ਆਪਾਂ ਵਾਹ ਬਾਈ ਵਾਹ ਔਰ ਨਾਲ ਹੀ ਇੱਧਰ ਵੱਡਾ ਮਾਣ ਜਿਹੜਾ ਭਰਾਵਾਂ ਨੇ ਭੇਜਿਆ ਬਹੁਤ ਬਹੁਤ ਧੰਨਵਾਦ ਹੈ ਇੱਧਰ ਕਹਿੰਦੇ ਆਈ ਗੱਲ ਵਾਲੇ ਕਹਿੰਦੇ ਆ ਵੀ ਆਪਾਂ ਗ੍ਰੇ ਬੋਸ ਦੀ ਬੋਤਲ ਦੇਵਾਂਗੇ ਸੇਮੇ ਦੇ ਲਈ ਰਾਮ ਰਾਮ ਜੀ ਰਾਮ ਰਾਮ ਧੰਨਵਾਦ ਧੰਨਵਾਦ ਬਾਈ ਸਾਹਿਬ ਬਰਾੜ ਕਨੇਡਾ ਉਹ ਵੀ ਉਹ ਚੇਤੇਦਾਰ ਦੇ ਸਾਡਾ ਭਰਾ ਪੁੱਜਿਆ ਹੋਇਆ ਹੈ ਔਰ ਕਦੇ ਲਾਈ ਤੱਕਦਾ ਸੀਗਾ ਪਰ ਅੱਜ ਕਦੇ ਵੀਰ ਉਹ ਚੇਤੇਦਾਰ ਦੇ ਪੁੱਜਾ ਮੈਚਾਂ ਨੂੰ ਵੇਖਣ ਦੇ ਲਈ ਸਾਹਿਬ ਬਰਾੜ ਦਾ ਵੀ ਵੱਡਾ ਧੰਨਵਾਦ ਕਰਾਂਗੇ ਆਪਾਂ ਇੱਧਰ ਆਈ ਗੈਂਗਾਂ ਨੇ ਕਹਿੰਦੇ ਸਕੀਮ ਜਿਹੜੀ ਵੱਖਰੀ ਲਾਤੀ ਹੈ ਮੇਰੇ ਮਿੱਤਰੋ ਮੁੰਡਿਆਂ ਦਾ ਆਪਸ ਵਿੱਚ ਪਿਆਰ ਬੜਾ ਹੈ ਚੁੱਕਿਆਂ ਵਾਲੇ ਮੁੰਡੇ ਤੇ ਖਰੋਸ਼ਾਂ ਵਾਲੇ ਔਰ ਕਹਿੰਦੇ ਇਕੱਠੇ ਖੇਡਦੇ ਆ ਪਰ ਅੱਜ ਕਹਿੰਦੇ ਸੱਜਰੇ ਸ਼ਰੀਕ ਬਣੇ ਫਿਰਦੇ ਮੇਰੇ ਸਜਾਵੇ ਔਰ ਤੇਰੇ ਲਈ ਖਾਸ ਬਣ ਗਏ ਅਸੀਂ ਖੇਡ ਹੋ ਗਏ ਪਰ ਸਾਡੇ ਨੀ ਰਿਵਾਜ ਮੁੰਡਿਆ ਔਰ ਤੂੰ ਨੀ ਸਾਡਾ ਤੇ ਅਸੀਂ ਨੀ ਹੋਰ ਤੇਰੇ ਹੋ ਟੁੱਟਗੀ ਲਿਹਾਜ ਮੁੰਡਿਆ ਟੁੱਟਗੀ ਲਿਹਾਜ ਮੁੰਡਿਆ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਪਹਿਲਾ ਤਕੜਾ ਖੇਡਿਆ ਜਾ ਰਿਹਾ ਹੈ ਟੱਕਰ ਕਹਿੰਦੇ ਸਿਰੇ ਦੀ ਹੈ ਦੋਨੋਂ ਟੀਮਾਂ ਬੜੇ ਕਮਾਲ ਦੀ ਖੇਡ ਖੇਡ ਰਹੀਆਂ ਕੋਟਕਰੂ ਵਾਲਿਆ ਜਾਨ ਨਾ ਮਾਰੀਆਂ ਪੈਣਗੀਆਂ ਏਦਾਂ ਤੇ ਤੈਨੂੰ ਵੀ ਪਤਾ ਹੈ ਕਿ ਉਹਨਾਂ ਨੇ ਬਾਲ ਬੋਲ ਖਾਣੀ ਨੀ ਬਹੁਤੇ ਕੁੱਟ ਕਟਾਪਾ ਬਾਲਾ ਕਰਨਾ ਪੈਣਾ ਜਸ਼ਨ ਕਿਰਪਾ ਕਰਕੇ ਇਧਰ ਸਟੇਜ ਤੇ ਆ ਕੇ ਮਿਲੀ ਦੀ ਬਾਈ ਮਨਿੰਦਰ ਬੋਬੀ ਵਾਲਾ ਨੂੰ ਚੇਤੇ ਕਰਦਾ ਜਸ਼ਨਦੀਪ ਸਿੰਘ ਵਾਲਾ ਕਿਰਪਾ ਕਰਕੇ ਪਹੁੰਚੇ ਮੇਰਾ ਬਾਈ ਠੀਕ ਹੈ ਜੀ ਉਧਰਲੇ ਪਾਸੇ ਬਾਈ ਲੰਗਰ ਪ੍ਰਸ਼ਾਦਾ ਪਾਣੀ ਪਿੰਡ ਵਾਲੇ ਵੀਰਾਂ ਦੇ ਵੀਰਾਂ ਦੇ ਲਈ ਜਿਹੜਾ ਗੁਰੂ ਘਰ ਦੇ ਲੰਗਰ ਚੱਲ ਰਿਹਾ ਜੀ ਲੰਗਰ ਕਰਦਾ ਖਿਡਾਰੀਆਂ ਦੇ ਲਈ ਹੈ ਤੇ ਵੀਰ ਸਾਡੇ ਜਿਹੜਾ ਧਿਆਨ ਭਰਾ ਬਣ ਕੇ ਖਿਡਾਰੀਆਂ ਤੋਂ ਲਈ ਉਹਦੇ ਪ੍ਰਸ਼ਾਦਾ ਜੀ ਔਰ ਨਾਲ ਹੀ ਉਹਦੇ ਭਰਾ ਸਾਡਾ ਗੁਰਪ੍ਰੀਤ ਦਾ ਦਸੂ ਮੰਗ ਰਿਹਾ ਵਾ ਮਾਨ ਕਰਦਾ ਮਣੀ ਚੰਨਣ ਖਿਡਾਰੀ ਖੇਡਦੇ ਔਰ ਬਾਈ ਕਹਿੰਦਾ ਵੀ ਜੇਕਰ ਅੱਜ ਮਣੀ ਫਾਈਨਲ ਖੇਡਦਾ ਹੈ ਤੇ ਮਣੀ ਦਾ ਸਨਮਾਨ ਜਿਹੜਾ ਉਹ 1100 ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਉਧਰ ਗੁਰਪ੍ਰੀਤ ਕਹਿੰਦੇ ਦਸੂ ਮਾਜਰਾ ਦਾ ਵੀ ਨਾਲੀ ਤੱਕਦਾ ਹੈ ਔਰ ਜਿੰਨੇ ਟੱਪੇ ਪਾਵੇਗਾ ਚੰਨਣ ਖੇੜੇ ਪਿੰਡ ਦਾ ਮਣੀ ਹੈ ਹਰ ਇੱਕ ਟੱਪੇ ਦਾ ਇੱਕ ਇੱਕ 100 ਦਿੱਤਾ ਜਾਣਾ ਹੈ ਲੈ ਵੀ ਬਾਈ ਤੇਰੇ ਵੇਲੇ ਦੋ ਜੇ ਹੁਣ ਤੱਕ ਮੈਚ ਵਧੀਆ ਲੱਗਿਆ ਬਈ ਸ਼ੁਰੂਆਤ ਚੰਗੀ ਲੱਗੀ ਆ ਇੱਕ ਵਾਰੀ ਯਾਰ ਦੋਨਾਂ ਟੀਮਾਂ ਲਈ ਤਾੜੀ ਤਾਂ ਮਾਰਦੇ ਮੇਰਾ ਵੀਰ ਬਣ ਕੇ ਆਪਾਂ ਦੇ ਹੱਲਾ ਗੁੱਲਾ ਹੋਇਆ ਪਿਆ ਰੌਲਾ ਰੱਪਾ ਪੈਂਦਾ ਕੀ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਹੋ ਮੈਨੂੰ ਭੁੱਲਦੇ ਸੀ ਸਾਰੇ ਤੇ ਹੋ ਗਿਆ ਕੀ ਮਿੱਤਰਾ ਵੱਜਦੇ ਸੀ ਲਲਕਾਰੇ ਮੇਲਾ ਦੀਪ ਸਿੰਘ ਦਾ ਚੱਲਦਾ ਲਲਕਾਰੇ ਵਾਲਿਆ ਹੋ ਬੱਚਣਗੇ ਲਓ ਸਾਹਮਣੇ ਲਵਦੀਪ ਔਨ ਫਾਇਰ ਹੋਇਆ ਪਿਆ ਉਧਰ ਲੱਭਿਆ ਕੇ ਨੱਪੀ ਆਉਂਦਾ ਕੰਮ ਨੂੰ ਇੱਧਰ ਮੁੰਡੇ ਚੁੱਗਿਆ ਵਾਲੇ ਸੈਵਨ ਥ੍ਰੀ ਸੱਤ ਤਿੰਨ ਸੱਤ ਫਰੋਸ਼ ਹੈ ਵੀ ਤਿੰਨ ਪਿੰਡ ਚੁੱਕਿਆ ਵਾਲੇ ਬਾਬਾ ਜੀ ਵੀਡੀਓ ਬਣਾ ਰਹੇ ਥੋੜੀ ਫਲੈਸ਼ ਹੋ ਬੰਦ ਕਰ ਲਓ ਜੀ ਸੱਤ ਆ ਜੀ ਫਿਰੋਜ਼ਾ ਵੀਰ ਦੇ ਤਿੰਨ ਚੁੱਕਿਆ ਦੇ ਮੈਚ ਇਧਰਲੇ ਪਾਸੇ ਵੀ ਬਹੁਤ ਵਧੀਆ ਖੇਡਿਆ ਜਾ ਰਿਹਾ ਭੇਜਾ ਕਿੰਗੜ ਦੀ ਟੀਮ ਦਾ ਮੈਚ ਹੈ ਦੀਪ ਸਿੰਘ ਦਾ ਰਾਜਵੀਰ ਮਾਨ ਵਧੀਆ ਵਧੀਆ ਰਾਜਵੀਰ ਟੌਪ ਦਾ ਖੇਡਿਆ ਜਾ ਰਿਹਾ ਹੈ ਬਾਹਰ ਇਧਰਲੇ ਪਾਸੇ
ਨੰਬਰ ਇੱਕ ਹੋਰ ਜਿਹੜਾ ਬੰਦਿਆਂ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ। ਲੈ ਵੀ ਕਿੰਨੇ ਕਿੰਨੇ ਹੋ ਗਏ ਮੇਰਾ ਵੀ ਸੁਣਨ ਲਾਸਾ ਗਿਆ ਸੁਣਨ 15-15 ਹੋ ਗਏ ਜੀ ਸਭ ਤਕੜਾ ਹੋ ਜਾ 15 ਹੀ ਨੰਬਰ ਮੱਲੇ ਵਾਲੀਆਂ ਦੇ ਹੈ 15 ਹੀ ਤਲਵੰਡੀ ਭੱਜੂਗੇ ਵਾਲਿਆਂ ਦੇ ਹੈ ਬਿਲਕੁਲ ਬਰਾਬਰੀ ਤੇ ਉਹ ਜੱਜ ਬੱਲੇ 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 ਬਾਲ ਇਨ ਹੈ ਲਓ ਸਾਹਮਣੇ ਇਨ ਬਾਲ ਮੈਚ ਬਰਾਬਰੀ ਤੇ ਖੇਡਿਆ ਪਾਸੇ 7-3 ਅੱਧ ਦਾ ਫਰਕ ਹੈ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਇਧਰਲੇ ਪਾਸੇ ਚੰਦਬਾਜਾ ਲੱਭਿਆ ਇੱਕ ਅੱਧੀ ਬਾਲ ਤੇ ਲਾਵੇ ਤੇ ਦੀਵਾ ਗੱਲ ਕਦੇ ਖੰਜਰ ਵਾਲੀਏ ਪਿੰਦਰ ਦੇ ਭੜਾਕਾ ਪਾਦਾ ਤੇ ਜਿੰਨਾ ਜਿੰਨਾ ਨੂੰ ਸਰਦਾਰ ਦੀ ਖੇਡ ਦੇ ਦਮ ਲੱਗਿਆ ਬਈ ਉਹ ਤਾੜੀ ਯਾਰ ਦੁਬਾਰੇ ਬਾਰਾ ਜ਼ੋਰਦਾਰ ਪਿੱਤਰ ਦੇ ਲਈ ਵਾਹੇ ਪਿੱਤਰਾਂ ਦੀ ਉਰੀਸਾ ਤੇਰੀ ਹੈ ਐਡ ਕਦੇ ਧਾਤਨ ਕਰਵਾਤੀ ਹੈ ਵੀ ਜੇ ਨਲੂਆ ਨਾ ਮਰਦਾ ਤਾਂ ਨਸੀ ਆਇਆ ਕੰਧੇ ਤੇ ਮਹਾਰਾਜਾ ਰਣਜੀਤ ਸਿੰਘ ਨਾ ਕੋਈ ਕੰਮ ਮੰਜੇ ਤੇ ਲਾਹੌਰ ਤੇ ਅੱਖਾਂ ਹੁੰਦੀਆਂ ਨਾ ਜੇ ਆਦ ਕੁਵਾਦ ਦੀਆਂ ਉਹ ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾ ਭਾਦੇ ਮਾਜਦੀਆਂ ਬਈ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਭਾਦੇ ਮਾਜਦੀਆਂ ਅੱਖ ਦੇ ਤਿਲ ਦੀ ਟੱਕਰ ਹੈ ਪਰ ਸਾਹਮਣੇ ਪਾਉ ਉਹ ਬਾਹ ਤਲਵੰਡੀ ਵਾਲਾ ਕਮਾਲ ਕਰਦੀ ਹੈ ਬੱਲੇ 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 ਲਓ ਲਾਸਟ ਆ ਗਿਆ ਜੀ ਕੇ ਜੈ ਸਰਬੇ ਸੋਹਣਾ ਮੈਚ ਹੈ 15-15 ਹੋ ਗਏ ਨਥੋਲੀਆ ਪਿਆਦੇ ਪਾਣੀ ਹੁੰਦੇ ਨੂੰ ਠੰਡਾ ਥਾਰ ਨੀ ਕੱਸੀ ਦਾ ਪਾਣੀ ਗੋਟੀ ਲਾ ਕੇ ਪੀਲਾ ਵੱਲੀਏ ਔਰ ਇੱਧਰ ਕਹਿੰਦੇ ਬਿੱਛੂ ਗੈਂਗ ਵਾਲੇ ਭਰਾ ਵੀ ਆਏ ਹੋਏ ਆ ਔਰ ਸੀਮਾ ਜੇ ਮੈਚ ਜਿੱਤ ਗਿਆ ਤੇ ਜਿਹੜੇ ਕੱਪ ਦੇ ਪੈਗਾ ਵੀਰ ਕਹਿੰਦੇ ਆਪਾਂ ਆਓ ਵੱਡਾ ਕੱਪ ਦੇਵਾਂਗੇ ਭਰਾ ਸਾਡੇ ਕਹਿੰਦੇ ਵੀ ਆਪਾਂ ਵੱਡਾ ਜਿਹੜਾ ਕੱਪ ਦੇਣਾ ਹੈ ਲਓ ਮੈਚ ਤਗੜਾ ਵੀ ਭਾਵੇਂ ਲੀਗਾਂ ਖਿੱਚਦੀਆਂ ਸਿਕੰਦਰ ਨੇ ਤੇ ਆ ਤੱਕਰਾ ਗਿਆ ਕੋਰਸ ਰਾਜ ਹੋਇਆ ਨੀ ਕਿਸੇ ਤੋਂ ਮਹਾਰਾਜੇ ਰਣਜੀਤ ਵਰਗਾ ਆਓ ਕੱਪੜੇ ਲਾ ਕੇ ਪੱਟਾਂ ਦੇ ਥਾਪੀਆਂ ਤੇ ਬੜਿਆਂ ਨੇ ਮਾਰੀਆਂ ਰੇਡਰ ਉੱਠਿਆ ਨੀ ਵੀ ਬਾਜੇ ਦੇ ਹਰਜੀਤ ਵਰਗਾ ਕਮੈਂਟ ਪੜ੍ਹਦੇ ਆਪਾਂ ਉਧਰ ਭਰਾ ਸਾਡਾ ਹਰਦੀਪ ਬਰਾੜ ਖੰਜਰਾਂ ਦੀ ਚਿੱਤਰ ਦੇ ਲਈ ਇੱਕ 100 ਦਾ ਜਿਹੜਾ ਮਾਣ ਪਿਆਰ ਭਰਾ ਸਾਡੇ ਨੇ ਜਿਹੜਾ ਪੁੱਜਦਾ ਕੀਤਾ ਬਹੁਤ ਬਹੁਤ ਧੰਨਵਾਦ ਹੈ ਭਰਾਵਾਂ ਸਾਡਿਆਂ ਦਾ ਵੱਡੇ ਜਿਹੜੇ ਮਾਣ ਪਿਆਰ ਜਿਹੜੇ ਪੁੱਜਦੇ ਕਹਿੰਦੇ ਆ ਭਰਾਵਾਂ ਸਾਡਿਆਂ ਦੇ ਉਧਰਲੇ ਪਾਸੇ ਗੋਰਾ ਧਾਲੀਵਾਲ ਭਰਾ ਸਾਡਾ ਤੇ ਨਾਲ ਸੁਰਿੰਦਰ ਧਾਲੀਵਾਲ ਬਣੀ ਆਸਟ੍ਰੇਲੀਆ ਉਹ ਵੀਰ ਕਹਿੰਦੇ ਆ ਜਿਸ ਦੀਪ ਸੇਵਾ ਦੀ ਟੀਮ ਫਾਈਨਲ ਜਿੱਤੀ ਆ ਤੇ 3100 ਦੇ ਨਾਲ ਵੱਡੇ ਮਾਣ ਸਨਮਾਨ ਦੀਪ ਸਿੰਘਾਂ ਦੀ ਟੀਮ ਦੇ ਕਿਤੇ ਜਾਣਗੇ ਗੋਰਾ ਧਾਲੀਵਾਲ ਭਰਾ ਸਾਡਾ ਤੇ ਨਾਲ ਸੁਰਿੰਦਰ ਧਾਲੀਵਾਲ ਬਣੀ ਆਸਟ੍ਰੇਲੀਆ ਉਹਨਾਂ ਵੀਰਾਂ ਦੇ ਵੱਲੋਂ ਪਿੰਦਰ ਦੇ ਲਈ 100 ਦਾ ਮਾਣ ਜਿਹੜਾ ਮਜਦਾ ਕੀਤਾ ਗਿਆ ਪਿੰਦਰ ਮੈਚ ਤੋਂ ਬਾਅਦ ਮੇਰੇ ਕੋਲ ਚੰਨੇ ਪਾਸੇ ਲੈ ਜੀ ਹੈਲੋ ਬਾਈ ਮੈਂ ਚੰਨਵਰ ਤਵੀਰ ਬਣ ਕੇ ਏਅਰ ਪੜਾਕੇ ਫੀਰ ਪਾ ਦਿਓ ਮੈਚ ਦੇ ਪਹਿਲੇ ਹੀ ਆਪਾਂ ਲੇਟ ਹੈ ਜੇ ਆਪਾਂ ਪੜਾਕਿਆਂ ਨੂੰ ਬਦਲਾ ਦਿੰਦੇ ਹਾਂ ਬਾਅਦ ਚ ਚਲਾਵੇ ਪੜਾਕੇ ਬਹੁਤ ਸਮਾਂ ਆਪਣੇ ਕੋਲੇ ਇੰਨੇ ਟਾਈਮ
ਹਰਦੀਪ ਬਰਾੜ ਭਾਫੰਡਾ ਨਾਲ ਦੀਪ ਸ਼ਰਮਾ ਯਾਤੂ ਬਰਾੜ ਕੋਈ ਖਿਡਾਰੀ ਤੇ ਚਾਹੇ ਕਰੋਸ਼ੀਆ ਦੀ ਬੀ ਟੀਮ ਦਾ ਜਿਹੜਾ ਬਾਕੀ ਖਿਡਾਰੀ ਪੰਜ ਬਾਲਾ ਕਰਾਸ ਕਰਨਾ ਅਰਸ਼ ਜੁਕੇ ਉਹ ਭਰਾ ਦੇ ਵੱਲੋਂ ਨੱਥੂ ਵਾਲੀ ਸੇਮ ਪ੍ਰਧਾਨ ਦੇ ਵੀ 200 ਦੇ ਵੱਡੇ ਮਾਨ ਦੇ ਪੰਜ ਦੇ ਕਰ ਦਿੱਤੇ ਲੈ ਵੀ ਪ੍ਰਧਾਨ 200 ਦੀ ਮੇਰੇ ਕੋਲ ਪਹੁੰਚ ਓਕੇ ਓਕੇ ਰਾਜੂ ਵੀਰੇ ਵੇਟ ਕਰੀ ਮੜਾ ਜਾ ਬਹੁਤ ਧੰਨਵਾਦ ਆ ਅਰਸ਼ ਜੁਕੇ ਵਾਲੇ ਸਾਡੇ ਵੀਰ ਨੇ ਵੱਡੇ ਜਿਹੜੇ ਮਾਨ ਪਹੁੰਚ ਦੇ ਆਹ ਜਿਹੜੇ ਕਰ ਦਿੱਤੇ ਆ ਮੁਕਾਬਲਾ ਕਰਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ ਵੀ ਭਾਵੇਂ ਲੀਕਾਂ ਖਿੱਚਦੀਆਂ ਸਿਕੰਦਰ ਨੇ ਤੇ ਆਤਕ ਰਾਜਾ ਪੋਰਸ ਰਾਜ ਹੋਇਆ ਨੀ ਕਿਸੇ ਤੋਂ ਮਹਾਰਾਜ ਰਣਜੀਤ ਵਰਗਾ ਕੱਪੜੇ ਲਾ ਕੇ ਪੱਟਾਂ ਤੇ ਥਾਪੀਆਂ ਤੇ ਆਹ ਫੜਿਆ ਨੇ ਮਾਰੀਆਂ ਤੇ ਰੇਡਰ ਉੱਠਿਆ ਨੀ ਵੀ ਪਾਕੇ ਦੇ ਹਰਜੀਤ ਵਰਗਾ ਔਰ ਰੱਤ ਬੋਲਦਾ ਤਾਂ ਕਹਿੰਦੇ ਆ ਮੈਂ ਨਾਮ ਹੀ ਆ ਹਜ਼ਾਰ ਮੀਲ ਦੇ ਬੰਦਾ ਸਟਾਰ ਵੱਖ ਪੀ ਕੇ ਮਾਰਦਾ ਤੇ ਕਰੇਟੇ ਦੀ ਕਿੱਥੋਂ ਰੀਸ ਕਰ ਲੂ ਕੋਈ ਟਰਾਲਾ ਪੈਨ ਗਾੜਦਾ ਅੱਜ ਵੀ ਥਰ ਥਰ ਜੰਮਦੇ ਆ ਨਾਮ ਸੁਣ ਕੇ ਹਰੀ ਸਿੰਘ ਕਲੂਏ ਸਰਦਾਰ ਦਾ ਤੇ ਉਦੋਂ 53 ਫੁੱਟਾਂ ਕੀ ਬੈਕ ਲੱਗਣਾ ਕੋਈ ਜਿਹਨੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ ਤੇ ਕੁੜਤਾ ਪਜਾਮਾ ਜੇ ਰੂਹ ਨਾ ਸਵਾਇਆ ਹੋਵੇ ਨਾ ਤੇ ਕਹਿੰਦੇ ਧੂਈ ਭੰਨ ਦਿੰਦਾ ਜੀਤੀ ਤੇ ਇੰਡੀਆ ਚ ਟਰੈਕਟਰ ਦਾ ਬਾਹਰੋਂ ਪੜਿਆ ਕੇ 1855 ਨੇ ਉਹ ਜੀਵ ਕਢਾਈਆ ਤੂੜੀ ਵਾਲੀ ਮਸ਼ੀਨ ਦੀ ਹੈ 10 speed 13 speed ਤੇ ਆਗੋ ਜੇ ਬੜੇ ਚਲਾ ਕੇ ਦੇਖ ਲੇ ਨਜ਼ਾਰਾ ਦਿੱਤਾ ਨੀ ਕਿਸੇ ਨੇ 18 ਫੇਰ ਵਰਗਾ ਤੇ ਰਫਲਾਂ ਦੇ ਬੜਿਆ ਪਾਪਿਆਂ ਕੋਲੇ ਰੰਡਿਆਲੇ ਵਾਲਿਆ ਪਰ ਤਬਕਾ ਹੈ ਨੀ ਕਿਸੇ ਦਾ ਉਹ ਭਿੰਡਰਾਂ ਦੇ ਸ਼ੇਰ ਵਰਗਾ ਤਬਕਾ ਹੈ ਨੀ ਕਿਸੇ ਦਾ ਭਿੰਡਰਾਂ ਦੇ ਸ਼ੇਰ ਵਰਗਾ ਤੇ ਕਈ ਯਾਰ ਜਿਹੜੇ ਜਿਹੜੇ ਜਾਣਦੇ ਆ ਨਾ ਸਿੱਖੀ ਦੇ ਮਹਾਨ ਚੋਰੇ ਬਾਰੇ ਇੱਕ ਚਕਾਰਾ ਲਾਵਾਂਗੇ ਬਾਈ ਤੇ ਚਕਾਰੇ ਦਾ ਜਵਾਬ ਜ਼ਰੂਰ ਦਿਓ ਮੇਰਾ ਵੀਰ ਬਣ ਕੇ ਗੋਲੇ ਸੋਨਿਹਾ ਗੱਲ ਵੱਡੀ ਆ ਵੱਡਾ ਇਤਿਹਾਸ ਆ ਲਵੀ ਤਾਰੇ ਭੜਿਆਰੀ ਵਾਲਾ ਉਹ ਪਿਆਰ ਬਰ ਪਿਆਰ ਹੈ ਪਾਸੇ ਮੈਚ ਸਮਾਪਤ ਆ ਜੀ ਜਿਹੜ ਨਾਲ ਮੁੜੇ 500 ਲਵੀ ਰਿੰਕੂ ਜਿੰਨੇ ਪੁਆਇੰਟ ਲਵੇਗਾ ਓਕੇ ਓਕੇ ਵੇਟ ਕਰੀ ਰਾਜੂ ਵੇਟ ਕਰੀ ਗੁਰਪ੍ਰੀਤ ਆ ਗਏ ਵੀਰੇ ਡੋਂਟ ਵਰੀ ਦੇਸੀ ਮਾਜਰਾ ਗੁਰਪ੍ਰੀਤ ਗੁਰਦੀਪ ਬਰਾੜ ਕਨੇਡਾ ਤੇ ਨਾਲ ਬਈ ਰਾਜਵਿੰਦਰ ਕਨੇਡਾ ਇਹਨਾਂ ਭਰਾਵਾਂ ਦੇ ਵੱਲੋਂ ਜੇਕਰ ਸੇਮਾ ਚੱਲਦੇ ਹੋਏ ਮੈਚ ਦੇ ਵਿੱਚ ਵੇਟ ਕਰੋ ਵੇਟ ਕਰੋ ਤੇ ਭਰਾਵਾਂ ਦੇ ਕਹਿੰਦੇ ਵੀ ਦੇਸੀ ਘਿਓ ਦਾ ਆਪਾਂ ਕੀਪਾ ਦੇਵਾਂਗੇ ਬੰਦੇ ਬਹੁਤ ਬੱਲੇ
ਵਾਹ ਜੀ ਉਧਰਲੇ ਪਾਸੇ ਵੱਡੇ ਮਾਣ ਸਨਮਾਨ ਜਿਹੜੇ ਕਿਤੇ ਹੋਣਗੇ। ਲੈ ਵੀ ਮਨੇ ਤਿੰਨ ਨੰਬਰ ਗਰਾਊਂਡ ਦਾ ਵੀ ਮੈਚ ਜਿਹੜਾ ਆਪਾਂ ਸ਼ੁਰੂ ਕਰ ਦਈਏ ਵੀਰੇ। ਆਓ ਟੀਮਾਂ ਦੇ ਰੰਗੇ ਗੜਾਈ ਵੀਰੇ ਚਲਾਈਏ ਮੈਚ ਆਪਾਂ ਉਧਰ ਵੀ। ਇਕਬਾਲ ਸਿੱਧੂ ਪਾਣ ਵੀਰੇ ਦੱਸਦੇ ਵਰਿੰਦਰ ਵਧੀਆ ਵਧੀਆ ਬਾਈ ਹੈਲੋ ਉਧਰ ਕੱਪਿਆਂ ਵਾਲੇ ਇਧਰ ਫਰੋਸ਼ਾ ਵੀ ਜੇਕਰ ਦੀ ਸਿੰਘਾਂ ਦੀ ਏ ਟੀਮ ਅੱਜ ਫਾਈਨਲ ਖੇਡਦੀ ਬਾਈ ਫਿਰ ਰੁਪਈਆ ਵੀਰ ਕਹਿੰਦੇ 3100 ਦੇਵਾਂਗੇ ਆਪਾਂ ਮਾਣ ਸਨਮਾਨ ਜਿਹੜੇ ਬੰਦੇ ਹੋਣਗੇ। ਹਾਂਜੀ ਜੱਬੀ ਫੌਜੀ ਹਿੱਟ ਨਾ ਬਾਲ ਮੋਰੇ ਦੇ ਰੁਪਈਆ 500 ਦੇ ਨਾਲ ਔਰ ਨਾ ਵੀ ਜੇ ਰਾਜਪਾਲ ਸਮੈਸ਼ ਮਾਰ ਕੇ ਪੁਆਇੰਟ ਜੋੜਦਾ ਫਿਰ ਰੁਪਈਆ ਜਿਹੜਾ 200 ਦਿੱਤਾ ਜਾਵੇਗਾ। ਜਲਦੀ ਦੇ ਨਾਲ ਉਧਰ ਇੱਕ ਨੰਬਰ ਗਰਾਊਂਡ ਦਾ ਵੀ ਮੈਚ ਬਿਲਕੁਲ ਨੇੜੇ ਹੈ ਜਲਦੀ ਦੇ ਨਾਲ ਅਗਲੀ ਗੱਡੀ ਆਓ ਜੀ ਯੈਤੋ ਤੇ ਬਲਾਲ ਨੇ ਨਾਲੇ ਮੁੰਡੇ ਪ੍ਰਧਾਨ ਫੜੀ ਤੇਰਾ ਅਰਸ਼ ਜੁਕੇ ਵੱਲੋਂ ਵੀ ਆਇਆ 200 ਰੁਪਈਆ ਤੇਰਾ ਵੀਰ ਬਹੁਤ ਧੰਨਵਾਦ ਹੈ। ਔਰ ਨਾਲ ਹੀ ਇੱਧਰ ਬਾਈ ਗੁਰਪ੍ਰੀਤ ਦੇਸੋ ਮਾਜਰਾ ਉਹ ਭਰਾ ਨੇ ਜਿਹੜਾ ਪੈਸੇ ਪਹੁੰਚਦੇ ਕੀਤੇ ਤੇ ਬਾਈ ਸਾਡੇ ਪਾਣੀ ਵਾਲੇ ਸੇਵਾਦਾਰ ਦੇ ਕੋਲੋਂ ਪਹੁੰਚਦੇ ਕਰ ਦਿੱਤੇ ਗਏ ਹੈ। ਲੈ ਵੀ ਹਜੇ ਇੱਕ ਵਾਰੀ ਨੰਬਰ ਜ਼ਰੂਰ ਦੱਸਦੀ ਔਰ ਦੁਨੀਆ ਕਦੇ ਧੋਵੇ ਧੋਖੀ ਜੁੜ ਕੇ ਬਹਿ ਗਈ ਹੈ ਵੀ ਆਹ ਮੈਚ ਦੇ ਵਾਕਈ ਉਹ ਦੁੱਖ ਤੋੜ ਮੈਚ ਹੈ ਵੱਡਾ ਮੈਚ ਖੇਡਿਆ ਗੌਰਵ ਗਿੱਲ ਗੌਰਵ ਇੱਕ ਮਿੰਟ ਗੌਰਵ ਗਿੱਲ ਪੁਆਇੰਟ ਦਸ ਤਿੰਨ ਦਸ ਤਿੰਨ ਇੱਧਰ ਦਸ ਉੱਧਰ ਤਿੰਨ ਗੌਰਵ ਦਸ ਫਰੋਸ਼ਾ ਵੀ ਤਿੰਨ ਚੁੱਕਿਆ ਦੇ ਇੱਧਰ ਦਸ ਉੱਧਰ ਤਿੰਨ ਦਸ ਤੇ ਤਿੰਨ ਨੰਬਰ ਹੈ ਉੱਧਰ ਸਾਡਾ ਗੋਲਡਨ ਪ੍ਰਮੋਟਰ ਬਾਬਾ ਧਰਵਾਜੀ ਅਮਰਤ ਬਰਾੜ ਯੂ ਐਸ ਏ ਦਵਿੰਦਰ ਘਰ ਪਵਾਇਆ ਕੀ ਹਾਲ ਚਾਲ ਨਾਮ ਹੈ ਖੇਡਾਂ ਦੀ ਦੁਨੀਆ ਦੇ ਵਿੱਚ ਓਕੇ ਲਾਲੀ ਬਾੜ ਪਿੰਡ ਹੈ ਕਦੇ ਸਮਾਲ ਸਰ ਪੰਜ ਗਾਈ ਦੇ ਲਾਗੇ ਦਰਪ੍ਰੀਤ ਸਿੱਧੂ ਮੱਲਾ ਜਿਗਰਾ ਜੱਟ ਦਾ ਦਿਲ ਬਹੁਤ ਵੱਡਾ ਹੈ ਝਾੜੀ ਵਾਲੇ ਪੰਜ ਤਰੀਕ ਹੋਣੀਆਂ ਪੰਜ ਮਾਰਚ ਤੇ ਜਿਹੜਾ ਚੱਬੇ ਦਾ ਪਿੰਡਾ ਖੇਡਦਾ ਹੈ ਪਿੰਡੇ ਦਾ ਸਨਮਾਨ ਕਹਿੰਦਾ ਆਪਾਂ 55,000 ਦੀ ਨਗਦ ਰਾਸ਼ੀ ਨਾਲ ਕਰਨਾ ਹੈ ਇੱਕ ਵਾਰੀ ਤਾੜੀ ਜ਼ੋਰਦਾਰ ਮਾਰ ਦਿਓ 50,000 ਦਿੱਤਾ ਜਾਣਾ ਹੈ ਇੱਧਰ ਥੋੜੀ ਸੱਤ ਲੱਗੀ ਹੈ ਵਾਹਿਗੁਰੂ ਮਿਹਰ ਕਰੇ ਜਿੰਨੇ ਵੀ ਖਿਡਾਰੀ ਆਏ ਕਿਸੇ ਦਾ ਬਾਹਰ ਕਰੇ ਜਾਓਗੇ ਮਿਹਰ ਕਰੇ ਪਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਖਿਡਾਰੀਆਂ ਦੇ ਉੱਪਰ ਵਾਹਿਗੁਰੂ ਮੇਹਰ ਕਰ ਪਰਮਾਤਮਾ ਹਰਮਨ ਸਰਾਵਾਂ ਤੇ ਅਮਨ ਭਣਿਆਰੀ ਆਓ ਜੀ ਹਰਮਨ ਸਰਾਵਾਂ ਤੇ ਅਮਨ ਭਣਿਆਰੀ ਉਹਨਾਂ ਨੇ ਖੇਡਣਾ ਸਰਾਵਾਂ ਦੀ ਟੀਮ ਦੇ ਲਈ ਆਓ ਜਲਦੀ ਦੇ ਨਾਲ ਸਰਾਵਾਂ ਵਾਲੇ ਮੁੰਡੇ ਰਾਜਵਿੰਦਰ ਕੈਨੇਡਾ ਦੇ ਵੱਲੋਂ ਦਿੱਤਾ ਜਾਣਾ
ਭਾਈ ਅੱਲਾ ਬੈਂਚ ਨਾ ਹੋ ਵੀਰੇ ਸੁਣਿਆ ਠੀਕ ਹੈ ਜੀ ਉਹਨਾਂ ਨੇ ਕਾਫੀ ਸੁਖਵਿੰਦਰ ਸੁਖਵਿੰਦਰ ਪ੍ਰਾਣ ਪ੍ਰਾਪਤ ਕਰਦਾ ਕਿੰਦਰੇ ਵਾਲਾ ਭੇਜਾ ਖੇਡੀ ਜਾਂਦਾ ਇੱਕ ਨੰਬਰ ਗਰਾਊਂਡ ਦੇ ਯਾ ਸ਼ਰਮਾ ਗੁਰਦੇਵ ਵਰਕ ਅਮਰਤ ਬਰਾੜ ਯੂਐਸਏ ਬਰਾੜਾ ਬਾਬਾ ਧਰਵਾਲ ਸਿੰਘ ਵੀਰ ਗੱਲ ਦਲਪ੍ਰੀਤ ਸਿੱਧੂ ਮੱਲਾ ਜਰੂਰ ਜਰੂਰ ਲਵਾਉਣੇ ਹਾਜ਼ਰੀ ਸਾਰੇ ਭਰਾਵਾਂ ਦੀ ਨੰਬਰ ਜੋੜਦਾ ਇੱਕ ਸੌ ਸੁਖਵਿੰਦਰ ਪ੍ਰਾਣ ਭਰਾ ਸਕਦਾ ਕਹਿੰਦਾ ਵੀ ਆਪਾਂ ਮਾਨ ਸਨਮਾਨ ਜਿਹੜੇ ਕਹਿੰਦੇ ਵੱਡੇ ਘਰ ਦੇ ਸਤਿ ਸ਼੍ਰੀ ਅਕਾਲ ਜੀ ਹਰਸ਼ਕੁਮਾਰ ਮੀਜਾ ਸਤਿ ਸ਼੍ਰੀ ਅਕਾਲ ਜੀ ਹਰਸ਼ ਕਾਲ ਰਾਜਵੀਰ ਕੈਨੇਡਾ ਵੱਲੋਂ ਜਿਹੜਾ ਤਿੱਤੇ ਦਾ ਹਰ ਇੱਕ ਪਲਾਂਟ ਉਹ 200 ਦਾ ਸੀਗਾ ਪਹਿਲਾਂ ਰਾਜਵਿੰਦਰ ਕਹਿਤਾ ਸਿੱਪਾ ਉਹ ਬਾਈ ਰਾਜਵੀਰ ਕੈਨੇਡਾ ਬਹੁਤ ਬਹੁਤ ਧੰਨਵਾਦ ਹੈ ਔਰ ਚੋਗਾ ਦਾ ਪਿੰਡਾਂ ਕਹਿੰਦੇ ਬੜਾ ਬੇਨਤੀ ਖਰਾਬੀ ਹੈ ਜਿਹੜੀ ਮਰਜ਼ੀ ਟੀਮ ਦੀ ਖੇਡੇ ਤੇ ਚੋਰ ਬੜਾ ਲਾਉਂਦਾ ਉਧਰ ਭਰਾ ਸਾਡਾ ਦਵਿੰਦਰ ਬਰਾੜ ਦੱਸਦਾ ਯੂਐਸਏ ਦੇ ਵਿੱਚ ਉਹ ਕਹਿੰਦਾ ਪੰਜ ਮਾਰਚ ਨੂੰ ਝਾੜੀ ਆਉਂਦੇ ਟੂਰਨਾਮੈਂਟ ਤੇ ਆਪਾਂ ਚੋਗਾ ਦੇ ਪਿੰਡੇ ਦਾ ਮਾਨ ਸਨਮਾਨ ਜਿਹੜਾ ਬਾਈ 51,000 ਨਾਲ ਕੀਤਾ ਜਾਣਾ ਇੱਕ ਵਾਰੀ ਯਾਰ ਤਾੜੀ ਦਾ ਮਾਰ ਦੋ ਜ਼ੋਰਦਾਰ ਪਿੰਡੇ ਦੇ ਲਈ ਹੋਣਗੇ ਉਧਰ ਸਵਰਗ ਵਾਸੀ ਰਣਜੋਤ ਸਿੰਘ ਜੀ ਬਰਾੜ ਜਿਨ੍ਹਾਂ ਨੇ ਸ੍ਰੀਨਗਰ ਦੇ ਵਿੱਚ ਵਾਲੀਬਾਲ ਦਾ ਬੂਟਾ ਲਾਇਆ ਜੇ ਅੱਜ ਦੀਪ ਸਿੰਘਲ ਦਾ ਨਾਮ ਕੈਨੇਡਾ ਤੱਕ ਚੱਲਦਾ ਵਾਲੀਬਾਲ ਦੀ ਦੁਨੀਆਂ ਦੇ ਵਿੱਚ ਤੇ ਸਵਰਗ ਵਾਸੀ ਰਣਜੋਤ ਸਿੰਘ ਜੀ ਬਰਾੜ ਉਹਨਾਂ ਦੀ ਧੰਨਵਾਦ ਉਹ ਤੇ ਨਹੀਂ ਰਹੇ ਇਸ ਦੁਨੀਆਂ ਤੇ ਪਰ ਉਹਨਾਂ ਦੀ ਫੁਲਵਾੜੀ ਅੱਜ ਵੀ ਬੰਦੇ ਬੰਦੇ ਕਰਵਾ ਰਹੀ ਹੈ ਤੇ ਉਸ ਪਰਿਵਾਰ ਦੇ ਵੱਡਿਓ ਜੇ ਅੱਜ ਮੰਦੋਰ ਜਿੱਤੀ ਹੈ ਅਗਲਾ ਮੈਚ ਵੀ ਬੋਲਾ ਪੰਪ ਲੱਗਣਾ ਕਾਲਗੀ ਵਾਲੇ ਨਾਲ ਬਾਈ ਗੋਪੇ ਰਾਂ ਦਾ ਸੁੱਟੀ ਰਾਂ ਦਾ ਦੀਪ ਸਿੰਘਲਾ ਟੀਮ ਦਾ ਅਗਲਾ ਮੈਚ ਐਂਟੀ ਲੱਗਣਾ ਅਗਲਾ ਵੀ ਇਹ ਮੈਚ ਦੇ ਥੋੜੇ ਬਹੁਤ ਬਾਕੀ ਹੈ ਲਓ ਵੱਡਾ ਮੈਚ ਉਧਰ ਮੈਚ ਸਮਾਪਤ ਹੋ ਗਿਆ ਜੀ ਜੇਤੋ ਤੇ ਬਲਾਡ ਮਹਿਮੇ ਦੀਆਂ ਟੀਮਾਂ ਜੋ ਤੇ ਜਿਹਦੀ ਟੀਮ ਜਿੱਤ ਗਈ ਹੈ ਜੀ ਭੇਜੇ ਬਾਈ ਆਪਣੀ ਟੀਮ ਪੁਆਇੰਟ ਫੌਜੀ ਕਿੰਨੇ ਹੋ ਗਏ ਫੌਜੀ ਇੱਕ ਰੈਫਰੀ ਆਓ ਜੀ ਪੁਆਇੰਟ ਵਾਲੇ ਮੁੰਡੇ 13 ਇੱਕ ਰੈਫਰੀ ਆਓ 13 ਤਿੰਨ ਹੈ ਮੇਰੇ ਖਿਆਲ ਚ ਭੇਜੇ ਦੀ ਟੀਮ 13 ਤਿੰਨ ਹੈ ਕਿ 4 ਹੈ ਜਲਦੀ ਦੇ ਨਾਲ ਬੇਨਤੀ ਹੈ ਮੇਰੀ ਜੈਤੋ ਤੇ ਬਲਾਰ ਮਹਿਮੇ ਦੀਆਂ ਟੀਮਾਂ ਆਓ ਜੀ ਓਕੇ ਓਕੇ ਰੈਂਪਾ ਬਰਾੜ ਲਾਲੀਬਾਟ ਜਗਦੀਪ ਖੰਨਾ ਕਾਲੀ ਸੰਦੇ ਬਾਬਾ ਧੰਨਵਾਦ ਕਰੋ ਯਾਰ ਮੈਚ ਸ਼ੁਰੂ ਇੱਕ ਨੰਬਰ ਗਰਾਊਂਡ ਬਾਈ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਵੀ ਜੋ ਦੇ ਰਣ ਦੇ ਜੋਗ ਦੇ ਬਹੁਤ ਦੇ ਤਲਵਾਰਾਂ ਉਸ ਗਾਟੇ ਦੇ ਹੱਥ ਹੁੰਦੀਆਂ ਬਈ ਜਿੱਤਾਂ ਤੇ ਹਾਰਾਂ ਆਓ ਖੁਸ਼ੀ ਮਨਾਈਏ ਜਿੱਤ ਵੀ ਬਈ ਦਾ ਹਾਰ ਮਿਲੀਏ ਤੇ ਬੰਦਲੇ ਬੋਲ ਨਾ ਬੋਲੀਏ ਕਰਤਾਰ ਮਿਲੀਏ ਉਧਰ ਅਮਰਤ ਬਰਾੜ ਯੂਐਸਏ ਉਹ ਵੀ ਸਾਡਾ ਵੀਰ ਜੁੜਿਆ ਬੈਠਾ ਅੱਜ ਦੇ ਵੱਡੇ ਕੱਪ ਦੇ ਨਾਲ ਔਰ ਨਾਲ ਦਿਲਪ੍ਰੀਤ ਸਿੱਧੂ ਬੰਦੇ ਵਾਲਾ ਸਾਡਾ ਵੀਰ ਉਹ ਵੀ ਕਹਿੰਦੇ ਅੱਜ ਦੇ ਵੱਡੇ ਕੱਪ ਨਾਲ ਜੁੜਿਆ ਹੋਇਆ ਹੈ ਪਰ ਇਹ ਕਹਿੰਦੇ ਫਰਕ ਵੱਡਾ ਹਾਂਜੀ ਦਾਦਾ ਜੀ ਮੌਸਮ ਖਰਾਬ ਹੀ ਹੈ ਨਾ ਉਹ ਬੱਲੇ ਲਾਉਂਦੀ ਬਾਲ ਮੁੰਡਿਆ ਰਾਜਪਾਲ ਵਾਗੜੀ ਸਿੱਧੂ ਸੇਮ ਸ਼ਾਹ ਨਹੀਂ ਆਇਆ ਵੀਰੇ ਬਹੁਤ ਵੱਡਾ ਧੰਨਵਾਦ ਕਰਾਂਗੇ ਨਾ ਬੋਲਾਂ ਦਾ ਬਹੁਤ ਸਾਰਾ ਓਕੇ ਓਕੇ ਰਿੰਪੇ ਇੱਕ ਮਿੰਟ ਵੀਰੇ ਕਹਿੰਦੇ ਕਹਿੰਦੇ ਆਪਾਂ ਰਿੰਪਾ ਬਰਾੜ ਇਕਬਾਲ ਸਿੱਧੂ ਗੋਨਿਆਣਾ ਗੌਰਵ ਗਿੱਲ ਬਿਲਕੁਲ ਗੌਰਵ ਗਿੱਲ ਇਕਬਾਲ ਸਿੱਧੂ ਬਰਾੜ ਗੋਨਿਆਣਾ
ਰਿਪੇ ਬਹੁਤ ਧੰਨਵਾਦ। ਬਹੁਤ ਸੋਹਣਾ ਮੈਚ ਹੈ ਇਧਰਲੇ ਪਾਸੇ ਵੀ ਮੁੰਡਿਆਂ ਦਾ ਕਹਿੰਦੇ ਜ਼ੋਰ ਪੂਰਾ ਲੱਗਿਆ ਇਸ ਸਮੇਂ ਕੁਆਟਰ ਮੈਚ ਮੇਰੇ ਵਿਚਰੋ ਜਿਹੜੇ ਕਹਿੰਦੇ ਖੇਡੇ ਜਾ ਰਹੇ ਹੈ ਤੇ ਚਰਚੇ ਹੋਣਗੇ। ਲਓ ਸਾਹਮਣੇ ਇਧਰਲੇ ਪਾਸੇ ਚੁੱਕੇ ਵਾਲੇ ਮੁੰਡੇ ਵੀ ਕਹਿੰਦੇ ਜ਼ੋਰ ਲਾਈ ਜਾਂਦੇ ਨੇ। ਇਧਰਲੇ ਪਾਸੇ ਚੰਦ ਬਾਜੇ ਵਾਲਾ ਰਸ਼ੀਅਨ ਟੈਂਕ ਕਹਿੰਦੇ ਇੱਕ ਪਾਸੇ ਕਹਿੰਦੇ ਲੰਬਾ ਖੜਾ ਫਿਰੋਸ਼ ਵਾਲਾ ਸੈਂਟਰ ਚ ਕਹਿੰਦੇ ਰਾਜਪਾਲ ਬਾਗੜੀ ਜਿਹੜੇ ਸਰਸੇ ਦਾ ਗ੍ਰਾਮ ਮੇਰੇ ਵਿਚਰੋ ਪਨਿਹਾਲੀ ਪਿੰਡ ਵੀ ਮੁੰਡਿਆਂ ਨੇ ਕਹਿੰਦੇ ਵਾਲੀਬਾਲ ਖੇਡ ਵਾਰ ਥੋੜੇ ਬਾਕੀ ਆਪਣੇ ਮੈਚ ਦੇ ਰੁਪਏ ਕਿੰਨੇ ਹੋ ਗਏ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਚਰਚੇ ਕਰਵਾ ਦਿੱਤੇ ਆ ਕਿਉਂਕਿ ਮੁੰਡਿਆਂ ਦੀ ਮਿਹਨਤ ਬੜੀ ਕੀਤੀ ਹੋਈ ਹੈ ਵੀ ਕਿਉਂ ਆਪਣੇ ਮੱਥੇ ਤੇ ਨਫ਼ਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਤੇ ਕੌਰ ਕਿਸੇ ਦੀ ਵੇਖ ਵੇਖ ਕੇ ਖਿੱਚਦੇ ਨਹੀਂ ਹੁੰਦੇ ਕੋਈ ਸੂਰ ਕਦੇ ਵਾਲੇ ਕਰੋ ਸਕਦੇ ਹੁਣ ਸਮਾਂ ਨਾ ਖਰਾਬ ਕਰੀਏ। ਬੇਨਤੀ ਹੈ ਵੀਰਵਾਨ ਦੇ ਜਿਹੜੇ ਖਿਡਾਰੀ ਹਰ ਜਾਂਦੇ ਹੈ ਖੇਡੇ ਸੀ ਉਦੋਂ ਆਇਆ ਹੁੰਦਾ ਵੀ ਚਾਰ ਤੋਂ ਲੇਧਰ ਮਾਰ ਲਈਏ ਚਾਰ ਤੋਂ ਲੇਧਰ ਮਾਰ ਲਈਏ ਤੇ ਬਾਅਦ ਦੇ ਵਿੱਚ ਆ ਕੇ ਅਗਲਾ ਤਰਾਜ ਲਾ ਹੁੰਦਾ ਫਿਰ ਆਪਾਂ ਨੂੰ ਬਾਹਰ ਰਹਿਣਾ ਔਖਾ ਹੋ ਜਾਂਦਾ। ਸਾਰੇ ਸੀਨੀਅਰ ਹੈ ਹਰ ਰੋਜ਼ ਹੀ ਇਹੀ ਗੱਲਾਂ ਕਰਦੇ ਹੈ ਪਰ ਤੁਹਾਡੇ ਕੰਨ ਤੇ ਜੋ ਨਹੀਂ ਸਰਕਦੀ ਹੈਗਾ ਜੀ ਹੈਗਾ ਰੈਫਰੀ ਹੈਗਾ ਰਿਪੇ ਇੱਕ ਮਿੰਟ ਬੰਦੇ ਕੱਪ ਨਾਲ ਕਰਾਂਗੇ ਪਰ ਚੰਦ ਬਾਜੇ ਵਾਲਾ ਕਹਿੰਦੇ ਕਿੱਦਾਂ ਗਲਤੀ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ ਵੀ ਰੰਗਤ ਤਹਿਕ ਨਫਾਸਤ ਉਹਦੇ ਫੁੱਲਾਂ ਦੀ ਐਸੀ ਪਿਆਸੀ ਕਰ ਦਿੰਦੀ ਆ ਫੁੱਲਾਂ ਦੀ ਤੇ ਸਾਰੀ ਉਮਰ ਹੀ ਸਜ਼ਾ ਭੁਗਤਣੀ ਪੈਂਦੀ ਹੈ ਅਕਸਰ ਵੱਤ ਤੋਂ ਪਹਿਲਾਂ ਹੋਈਆਂ ਭੁੱਲਾਂ ਦੀ ਆਓ ਮੈਂ ਪੱਥਰ ਦੀ ਬੈੜੀ ਲੈ ਕੇ ਤੁਰਿਆ ਵਾ ਮੈਨੂੰ ਕੀ ਫਾਇਦਾ ਹੈ ਛੱਲਾ ਛੁੱਲਾਂ ਦੀ ਮੈਂ ਪੱਥਰ ਦੀ ਬੈੜੀ ਲੈ ਕੇ ਤੁਰਿਆ ਵਾ ਮੈਨੂੰ ਕੀ ਪਰਵਾਹ ਹੈ ਛੱਲਾ ਛੁੱਲਾਂ ਦੀ ਮੈਂ ਤਗੜਾ ਪਨਿਹਾਰੀ ਵਾਲਾ ਰਾਜਪਾਲ ਆ ਉਹ ਕਹਿੰਦੇ ਸੈਂਟਰ ਦੇ ਵਿੱਚ ਖੇਡਦਾ ਚੁੱਪਰ ਤੇ ਉਧਰ ਕਹਿੰਦੇ ਮੇਰੇ ਮਿੱਤਰੋ ਚੁੱਕਿਆ ਪਿੱਤੇੜਾ ਮਾਨ ਦਵਿੰਦਰ ਬਰਾੜ ਨੇ ਐਵੇਂ ਨਹੀਂ ਕਰਨਾ 53,000 ਦੀ ਨਗਦ ਰਾਸ਼ੀ ਦੇ ਨਾਲ ਵੀ ਕੋਈ ਨਾ ਕੋਈ ਤੇ ਖੂਬੀ ਹੋਣੀ ਆ ਜ਼ਰੂਰ ਐਵੇਂ ਧਾਰੀ ਲੋਕੀ ਸਾਨੂੰ ਕਰਦੇ ਸਲਾਮਾ ਲਾਵੀ ਕੋਟ ਗੁਰੂ ਵਾਲਿਆ ਕਿਉਂ ਨੀ ਆ ਰਹੇ ਮੈਚ ਕਰਾਉਣ ਲਈ ਬਹੁਤ ਮਾੜੀ ਗੱਲ ਹੈ ਯਾਰ ਹਲੇ ਵੀ ਆਪਾਂ ਬਾਜਾ ਮਾਰੀ ਜਾਂਦੇ ਹੈ ਕੇਂਗਰੇ ਭੇਜੇ ਵੀ ਟੀਮ ਨੂੰ ਇੱਕ ਮਿੰਟ ਦਾ ਸਮਾਂ ਜੀ ਮੈਚ ਕਰਾਓ ਜਲਦੀ ਆ ਕੇ ਟੀਮਾਂ ਖੜੀਆਂ ਦੋਨੋਂ ਬਲਾਨ ਮੈਂਬਰ ਦੇ ਚੇਤੋ ਲੈ ਵੀ ਅੰਮ੍ਰਿਤ ਮੈਚ ਕਰਾਓ ਕਰਨ ਵਾਲੀ ਵਾਲਿਓ ਕੇਂਦਰੀ ਭੇਜੇ ਦੀ ਟੀਮ ਜਿੱਤ ਕੇ ਗਈ ਹੈ ਇੱਕ ਜਣਾ ਮੈਚ ਕਰਾਓ ਵੀਰ ਬਣ ਕੇ ਕਿੱਡੀ ਦੂਰ ਫਰੀਦਕੋਟ ਤੱਕ ਰਾਜਵੀਰ ਸੰਧੂ ਕੈਨੇਡਾ ਵੱਲੋਂ ਸਮਾਂ ਦੇ ਤਾ ਸੰਧੂ ਦੀਪ ਸਿੰਘ ਵਾਲੇ ਦਾ ਅਗਲੇ ਚੌਦਾਂ ਦੇ ਤਿੰਨ ਔਰ ਉਧਰ ਰਾਜਵੀਰ ਸੰਧੂ ਸਾਡਾ ਵੀਰ ਕਰਨ ਸੰਧੂ ਦੀਪ ਸਿੰਘ ਦਾ ਅਗਲੇ ਸਾਲ ਇਸੇ ਟੂਰਨਾਮੈਂਟ ਦੇ ਭਰਾ ਸਕਦਾ ਕਹਿੰਦਾ ਵੀ ਆਪਾਂ 5,500 ਦੀ ਨਗਦ ਰਾਸ਼ੀ ਔਰ ਇੱਕ ਵਧੀਆ ਕੱਪ ਦੇ ਨਾਲ ਮਾਨ ਸਨਮਾਨ ਕਰਦਾ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ। ਲਓ ਸਾਹਮਣੇ 14-15 ਗਰ ਦੇ ਲਈ ਮੁੰਡੇ ਕਹਿੰਦੇ ਤਿਆਰ ਬੁਰ ਤਿਆਰ ਹੈ ਇੱਕ ਵਾਰ ਵੀਰ ਸਿੰਘ ਦੀ ਟੀਮ ਦਾ ਮੈਚ ਵੀ ਹੈ ਬਹੁਤ ਜਿਹੜੇ ਟਾਪ ਦਾ ਖੇਡਿਆ ਜਾਣਾ ਮੁੰਡੇ ਪਿੰਡ ਵਾਲੇ ਵੀ ਆਪਣੇ ਆਪ ਨੂੰ ਰਹੀਦੀ ਹੈ ਤਿਆਰ ਕਰ ਲੋ ਵੀਰ ਸਿੰਘ ਆਏ ਤੇ ਕਾਲੀ ਵਾਲਾ ਬੜਾ ਤਕੜਾ ਮੈਚ ਖੇਡਿਆ ਜਾਣਾ ਉਹ ਮੈਚ ਮਾੜੇ ਦਿਲ ਵਾਲੇ ਨਾ ਦੇਖਿਓ
ਬੜਾ ਤਕੜਾ ਮੈਚ ਹੋਣਾ ਕਾਲੀ ਵਾਲਾ ਤੇ ਦੀਪ ਸਿੰਘ ਵਾਲਾ ਏ, ਕਿਉਂਕਿ ਖੰਡਾ ਬੜਾ ਹੜਕਣਾ ਉਹ ਮੈਚ ਦੇ ਵਿੱਚ ਤੇ ਕੁੱਟ ਕਟਾਪਾ ਬੜਾ ਹੋਣਾ। ਅੱਜ ਦੀਪ ਸਿੰਘ ਵਾਲੇ ਦੀ ਟੀਮ ਦੇ ਲਈ ਬੱਬੇ ਵਾਲਾ ਬੰਦਾ ਖੇਡ ਰਿਹਾ, ਮੈਚ ਕਹਿੰਦੇ ਬੜਾ ਤਕੜਾ ਖੇਡਿਆ ਜਾਣਾ। ਜਲਦੀ ਦੇ ਨਾਲ ਆ ਜਾ ਟੀਮਾਂ ਗਰਾਊਂਡ ਦੇ ਨੇੜੇ। ਇੱਕੋ ਮਿੰਟ ਵੀਰੇ, ਇੱਕੋ ਮਿੰਟ ਵੇਟ ਕਰਿਓ ਮਾੜਾ ਜਾ, ਪੜ੍ਹਦੇ ਪੜ੍ਹਦੇ ਇੱਕ ਮਿੰਟ ਵੀ ਆਪਾਂ। ਠੀਕ ਹੈ ਜੀ, ਉਧਰਲੇ ਪਾਸੇ ਤਿੰਨ ਨੰਬਰ ਗਰਾਊਂਡ 'ਚ ਬਹੁਤ ਸੋਹਣਾ ਮੈਚ ਹੈ। ਇੱਕ ਪਾਸੇ ਕੌਣੀ ਵਾਲੇ ਮੁੰਡੇ ਖੇਡਦੇ ਆ, ਬਹੁਤ ਵਧੀਆ ਜਿਹੜੀ ਟੀਮ ਹੈ, ਤੇ ਦੂਜੇ ਪਾਸੇ ਵੀ ਮੁੰਡੇ ਕਹਿੰਦੇ ਟੀਮ ਬੜੀ ਕਿਤੇ ਕਾਬਦੀ ਆ, ਮੁੰਡੇ ਕਹਿੰਦੇ ਚੌਬੀ ਵਰਗੇ ਸਰਾਵਾਂ ਦੀ ਟੀਮ ਜਿਹੜੀ ਮੈਚ ਬਹੁਤ ਤਗੜਾ ਹੈ। ਔਰ ਇੱਧਰਲੇ ਪਾਸੇ ਯਾਰ ਬਾਲਾ ਬਹੁਤ ਤਗੜੀਆਂ ਲਾਈ ਆਉਂਦੇ ਮੁੰਡੇ, ਫਿਰੋਜ਼ਸ਼ਾਹ ਦੀ ਬੀ ਟੀਮ ਲਈ ਯਾਰ ਇੱਕ ਵਾਰੀ ਤਾੜੀ ਤਾਂ ਮਾਰ ਦੇ ਯਾਰ ਜ਼ੋਰਦਾਰ ਬਾਲਾ, ਕਹਿੰਦੇ ਮੁੰਡਿਆਂ ਨੇ ਸਿਰੇ ਦੀਆਂ ਲਾ ਦਿੱਤੀਆਂ ਨੇ। ਔਰ ਇੱਧਰ ਗਰਾਊਂਡ ਨੰਬਰ ਤਿੰਨ ਦੇ ਵਿੱਚ ਇੱਕ ਦੇ ਵਿੱਚ ਵੀ ਕਰੋ ਜੀ ਨਾ ਸ਼ੁਰੂ ਬਲਾਂਡ ਮਹਿਮਾ ਨਹੀਂ ਜੱਸੀ ਕਰਾਉ ਮੈਚ ਜਨ ਕੀ ਚੱਕਰ ਹੈ ਬੰਦੋ, ਮੈਚ ਕਿਉਂ ਨੀ ਚੱਲਦਾ ਇੱਕ ਨੰਬਰ ਚ? ਹੋ ਗਈ ਵੀਰੇ ਅਨਾਊਂਸਮੈਂਟ, ਹੋ ਗਈ ਮੇਰੇ ਭਰਾ ਕਰਨ ਵਾਲੀ ਅਨਾਊਂਸਮੈਂਟ ਹੋ ਗਈ ਬਾਈ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਮੇਰੇ ਭਰਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਬਾਲੀਵੁੱਡ ਸ਼ੂਟਿੰਗ ਔਨ ਫਾਇਰ ਪੇਜ ਤੇ ਜਸਵਿੰਦਰ ਢਿੱਲੋਂ ਵੱਲੋਂ ਸਵਾਗਤ ਹੈ। ਅਗਲਾ ਮੈਚ ਹੈ ਪਿੰਡ ਦੀ ਟੀਮ ਦਾ, ਦੀਪ ਸਿੰਘ ਵਾਲਾ ਤੇ ਕਾਲੀ ਵਾਲਾ, ਡਾਂਗ ਬਾਲੀ ਨਜਾਇਜ਼ ਖੜਕਣੀ ਅਗਲੇ ਮੈਚ ਵੀ ਮੁੰਡੇ ਉਹ ਗੁਰਵੀਰ ਬਰਾੜ ਕਨੇਡਾ ਉਹ ਭਰਾ ਕਹਿੰਦਾ ਵੀ ਆਪਣੇ ਵੱਲੋਂ ਜਿਹੜੇ ਇੱਕ ਸੌ ਦੇ ਨਾਲ ਵੱਡੇ ਮਾਨ ਸਨਮਾਨ ਜਿਹੜੇ ਹੋਣਗੇ। ਜਗਦੀਪ ਨੇ ਉਧਰਲੇ ਪਾਸੇ ਮੁੰਡੇ ਜੇ ਨੰਬਰ ਜੋੜਦੇ ਆ ਤੇ ਇੱਕ ਸੌ ਦੇ ਨਾਲ ਭਰਾ ਸਾਡਾ ਗੁਰਵੀਰ ਬਰਾੜ ਕਨੇਡਾ ਮੁੰਡਾ ਕਹਿੰਦੇ ਪੁਰਾਣਾ ਦਾ ਵੱਡੇ ਜਿਹੜੇ ਮਾਨ ਸਨਮਾਨ ਜਿਹੜੇ ਆਪਾਂ ਮੁੰਡਿਆਂ ਦੇ ਕਰਦੇ ਬਾਜਾ ਖਾਨਾ ਦੱਸ ਕਹਿ ਗਿਆ ਕਾਲੇ ਨੂੰ ਅੱਜ ਵੀ ਕੋਈ ਛੱਡਣਾ ਜਵਾਨਾ ਸੀ ਉਹ ਬਾਘਾ ਮਲਕਾਂ ਦਾ ਜੱਫੇ ਲਾਉਂਦਾ ਗਰਮੀ ਖਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਵੀ ਮਿੱਤਰਾਂ ਬਹਿ ਗਿਆ ਗੋਡੀ ਲਾ ਕੇ, ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾਂ ਬਹਿ ਗਿਆ ਗੋਡੀ ਲਾ ਕੇ। ਲੈ ਵੀ ਜਿਹੜਾ ਮੈਚ ਉਹਨੇ ਗਰਾਊਂਡ ਨੰਬਰ ਇੱਕ ਤੇ ਚੱਲੂਗਾ ਬਈ ਤੇ ਬਹਿਣਗੇ ਇੱਕ ਪਾਸੇ ਬਾਈ ਰਾਜਵੀਰ ਸੰਧੂ ਕਾਸ਼ ਮਾਨ ਕਰਨਦੀਪ ਇੱਕ ਨੰਬਰ ਸਹੀ ਕਰਕੇ ਜਾਓ ਬੇਨਤੀ ਆ ਬਰੀਕ ਸਹੀ ਕਰ ਦਿਓ ਮੇਰਾ ਬਾਈ ਕਾਦੋ ਭਰਾ ਬਣ ਗਏ ਇੱਕ ਨੰਬਰ ਨੰਬਰ ਦਾ ਨੈਟ ਵੀ ਸਹੀ ਕਰ ਦੋ। ਕਵੰਜਾ ਸੌ ਦੀ ਨਗਦ ਰਾਸ਼ੀ ਔਰ 6 ਫੁੱਟ ਦੇ ਕੱਪ ਨਾਲ ਕੀਤਾ ਜਾਵੇਗਾ ਅਗਲੇ ਟੂਰਨਾਮੈਂਟ ਦੇ ਕਰਨ ਦੇ ਕੁਮਾਰ ਲੱਭਾ ਬਾਈ ਯਾਰ ਲੱਭੇ ਲੱਤੀ ਖੇਡ ਕਿਰੂ ਕਿਰੂ ਵਧੀਆ ਲੱਗੀ ਆ ਤਾੜੀ ਮਾਰ ਦੋ ਜ਼ੋਰ ਨਾਲ ਗੱਭਰੂ ਤੇ ਲਾਲਾ ਪਾਲਾ ਮੇਲਾ ਲੈਂਦਾ ਗੱਭਰੂ ਨੰਬਰ ਲਾਸਟ ਕਾਲੀ ਵਾਲਾ ਤੇ ਦੀਪ ਸਿੰਘ ਵਾਲਾ
ਬੜਾ ਤਗੜਾ ਮੈਚ ਲੱਗਣਾ ਮੁੰਡਿਓ, ਪੜਾਕੇ ਵੇਖੋ ਪੈਂਦੇ ਜਿੱਤਗੀਆਂ ਜੀ ਟੀਮ ਫਿਰੋਜ਼ਾ ਬੀ ਜਿੱਤ ਗਿਆ। 15-15 ਨੰਬਰਾਂ ਦੇ ਮੈਚ ਹੋਣੇ ਹਲੀ ਤੋਂ ਕਰਾ ਕੇ ਆਇਆ ਉਧਰ, 15-15 ਨੰਬਰਾਂ ਦੇ ਮੈਚ ਹੈ। ਚਲਾਓ ਜੀ ਦਿਲਸ਼ਾਦ ਨੇ ਬੰਬ ਬਿਠਾ ਦਿੱਤਾ ਯਾਰ, ਵਾਹ ਵਾਹ ਦਿਲਸ਼ਾਦ। ਬਹੁਤ ਬਹੁਤ ਧੰਨਵਾਦ ਹੈ ਲਾਵੀ ਪਿੰਡ ਦੀ ਟੀਮ ਦਾ ਮੈਚ ਹੈ ਵੀਰੇ, ਗੋਰੀ ਕਾਲੀ ਆਉਂਦੀ ਟੀਮ ਦੇ ਨਾਲ। ਮੈਂ ਬੇਨਤੀ ਕਰੂੰਗਾ ਲਾਵੀ ਰੂਪ ਮੇਰਾ ਵੀਰ ਬਣ ਕੇ ਦਾ ਮੈਚ ਆਪਾਂ ਨੂੰ ਕਰਾਉਣਾ ਪਊਗਾ ਕਿਉਂਕਿ ਮੌਸਮ ਜ਼ਿਆਦਾ ਵਿਗੜਦਾ ਜਾਂਦਾ। ਮੇਰਾ ਭਰਾ ਬਣ ਕੇ ਰੂਪ ਸਰੋਖਿਆ ਬਾਲ ਬੜੀ ਪੱਟਦੇ ਆ ਯਾਰ, ਕਿਆ ਬਾਤ ਹੈ ਯਾਰ ਰੁਪਿਆ। ਲਾਵੀ ਤੰਦੇ ਆਰਿਆ ਕਰਦੇ ਪਾਸੇ ਤੁਹਾਡੇ ਵੀਰ ਬਹੁਤ ਤੰਗੜਾ ਖੇਡੇ, ਜਿੱਤਾਂ ਹਾਰਾ ਜਿਹੜੀਆਂ ਨੇ ਬੜੀਆਂ ਨੇ ਆ ਮੈਚ ਬਾਅਦ। ਇਧਰਲੇ ਪਾਸੇ ਬਾਈ ਵਰਦੀਪ ਬਰਾੜ, ਬਾਈ ਨਾਲ ਭਰਾ ਸਾਡਾ ਦੀਪਾ ਸ਼ਰਮਾ, ਗਗਨਦੀਪ, ਹਾਂਜੀ ਵੀਰੇ ਮਿੰਟੂ ਵਿਰਕ, ਜਿੱਤ ਗਿਆ ਵੀਰੇ ਫਿਰੋਜ਼ਾ ਵੀ। ਬਹੁਤ ਬਹੁਤ ਧੰਨਵਾਦ ਜਿਹਨਾਂ ਵੀਰਾਂ ਨੇ ਕਰਾਈਆਂ ਦੇ ਜਿਹੜੇ ਬਹੁਤ ਸਨਮਾਨ ਜਿਹੜੇ ਬੱਚੇ ਆ। ਬਹੁਤ ਧੰਨਵਾਦ ਕਾਲੀਆ ਦੀ ਟੀਮ